ਊਚ ਨੀਚ ਵਿੱਚ ਕਿਉਂ ਹੈ ਜੇਕਰ ਸਭ ਦਾ ਦੇਵਨ ਹਾਰ ਹੈ ਇੱਕੋ ਊਚ ਨੀਚ ਵਿੱਚ ਕਿਉਂ ਹੈ ਜੇਕਰ ਸਭ ਦਾ ਦੇਵਨ ਹਾਰ ਹੈ ਇੱਕੋ ਦਾਤਾ ਦਾ ਦਰਬਾਰ ਹੈ ਇੱਕੋ ਉਹ ਸੱਚੀ ਸਰਕਾਰ ਹੈ ਇੱਕੋ ਕਿਸੇ ਨੂੰ ਲੱਗਦੀ ਹਾਸਿਆਂ ਵਰਗੀ ਕਿਸੇ ਨੂੰ ਲੱਗਦੀ ਹਾਵਾਂ ਵਰਗੀ ਦਿਲ ਦਾ ਮੌਸਮ ਆਪਣਾ ਆਪਣਾ ਅਤੇ ਝਾਂਜਰ ਦੀ ਛਣਕਾਰ ਹੈ ਇੱਕੋ ਉਹਦੇ ਪਿਆਰ ਦੀ ਤਾਂਘ ਨੇ ਮੈਨੂੰ ਪਿਆਰ ਕਰਾਇਆ ਹਰ ਇੱਕ ਨੂੰ ਉਹਦੇ ਪਿਆਰ ਦੀ ਤਾਂਘ ਨੇ ਮੈਥੋਂ ਪਿਆਰ ਕਰਾਇਆ ਹਰ ਇੱਕ ਨੂੰ ਵੰਡਿਆ ਹੋਇਆ ਨਾਵਾਂ ਦੇ ਵਿੱਚ ਪਰ ਸੋਚੋ ਤਾਂ ਕਰਤਾਰ ਹੈ ਇੱਕੋ ਝੂਠ ਫਰੇਬ ਗਰੀਬੀ ਸਭ ਲੁੱਟਣ ਦੇ ਕਿੱਸੇ ਹਨ ਸਿਰਨਾਵੇਂ ਨੇ ਵੱਖਰੇ ਵੱਖਰੇ ਪਰ ਵਿੱਚੋਂ ਅਖਬਾਰ ਹੈ ਇੱਕੋ ਸਿਰਨਾਵੇਂ ਨੇ ਵੱਖਰੇ ਵੱਖਰੇ ਪਰ ਵਿੱਚੋਂ ਅਖਬਾਰ ਹੈ ਇੱਕੋ ਇਹ ਲਾਈਨਾਂ ਨੇ ਜੀ ਆਲੀਆ ਬੁਖਾਰੀ ਹਾਲਾ ਪਾਕਿਸਤਾਨੀ ਸ਼ਾਇਰ ਆ ਬਹੁਤ ਵਧੀਆ ਲਾਈਨਾਂ ਨੇ ਊਚ ਨੀਚ ਵਿੱਚ ਕਿਉਂ ਹੈ ਜੇ ਸਭ ਦਾ ਦੇਵਨਹਾਰ ਹੈ ਇੱਕੋ ਪਰ ਇਹਨਾਂ ਲਾਈਨਾਂ 'ਤੇ ਅਸੀਂ ਅਮਲ ਨਹੀਂ ਕਰਦੇ ਹੈਗੇ ਖਾਸ ਤੌਰ 'ਤੇ ਸਾਡੇ ਲੀਡਰ ਜਿਹੜੇ ਅਮਲ ਕਰਨ ਹੀ ਨਹੀਂ ਦਿੰਦੇ ਹੈਗੇ ਸੋ ਮੈਂ ਹਾਜ਼ਰ ਹਾਂ ਜੀ ਇਹਨਾਂ ਲਾਈਨਾਂ ਦੇ ਨਾਲ ਜਗਤਾਰ ਸਿੰਘ ਜੱਗੀ ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹਾਇ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ ਔਰ ਗੱਲ ਕਰੀਏ ਕਿੱਥੇ ਸ਼ੁਰੂ ਕਰੀਏ ਕਾਫੀ ਗੱਲਾਂ ਬਾਤਾਂ ਨੇ ਇੱਕ ਤਾਂ ਕਾਫੀ ਗਰਮ ਹੈ ਸਰਗਰਮ ਹੈ ਬੇਅੰਤ ਕੌਰ ਵਾਲਾ ਜਿਹੜਾ ਮੁੱਦਾ ਚੱਲਦਾ ਵਿਸ਼ਾ ਚੱਲਦਾ ਹੈ ਚਾਰ ਚੁਫੇਰੇ ਸੋਸ਼ਲ ਮੀਡੀਆ 'ਤੇ ਵੀ ਛਾਇਆ ਹੋਇਆ ਅਤੇ ਅੱਜ ਕੱਲ੍ਹ ਤਾਂ ਖਬਰਾਂ ਦੇ ਵਿੱਚ ਵੀ ਟੀ ਵੀ ਅਖਬਾਰਾਂ ਵਾਲਿਆਂ ਨੂੰ ਵੀ ਉਹਨੂੰ ਕਾਫੀ ਚੱਕਿਆ ਹੋਇਆ ਬੇਅੰਤ ਕੌਰ ਹੋਏਗੀ ਡਿਪੋਰਟ ਨਹੀਂ ਹੋਏਗੀ ਕਰੇਗੀ ਕੁਛ ਉਹ ਮੇਰੇ ਖਿਆਲ ਸਰਕਾਰ ਦੀ ਇਨਵੋਲਵਮੈਂਟ ਨਾਲ ਡਿਵੋਟ ਹੋ ਸਕਦੀ ਹੈ ਜਿਹੋ ਜਿਹੇ ਹਾਲਾਤ ਬਣੇ ਹੋਏ ਨੇ ਉੱਪਰੋਂ ਕਮਾਲ ਦੀ ਗੱਲ ਇਹ ਹੈ ਵੀ ਜਿਹੜੇ ਲੁੱਟਣ ਵਾਲੇ ਨੇ ਉਹ ਪਤੰਦਰ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਦੋ ਬੰਦੇ ਗਏ ਜੀ ਇਹਦੇ ਘਰ ਬੇਅੰਤ ਕੌਰ ਦੇ ਪਿੰਡ ਉਹਦੇ ਵਿਚਾਰੀ ਦੇ ਕੋਈ ਬਾਹਲਾ ਤਾਂ ਲੱਗਦਾ ਲੁਗਦਾ ਤਾਂ ਹੈ ਨਹੀਂ ਘਰ ਦੇਖਣ ਨੂੰ ਵੀ ਕੋਈ ਪੈਸਾ ਧੇਲਾ ਜਾਂ ਗੁਣੇ ਗੁਣੇ ਦੱਬ ਰੱਖੇ ਹੋਣਗੇ ਕਿਤੇ ਦੋ ਜਣੇ ਗਏ ਜੀ ਕਹਿੰਦੇ ਅਸੀਂ ਕੈਨੇਡਾ ਅੰਬੈਸੀ ਤੋਂ ਆਏ ਰਾਤ ਨੂੰ ਗਏ ਅੱਧੀ ਰਾਤ ਵੇਲੇ ਕੈਨੇਡਾ ਅੰਬੈਸੀ ਤੋਂ ਆਏ ਹਾਂ ਅਤੇ ਮੁੰਡੇ ਦੇ ਪੈਸੇ ਦੇ ਦਿਓ ਨਹੀਂ ਤਾਂ ਤੁਹਾਡੀ ਕੁੜੀ ਡਿਪੋਰਟ ਕਰ ਦੇਣੀ ਆ ਹੁਣੇ ਦਿਓ ਕਰਦੇ ਕਰਾਉਂਦੇ ਛੱਕ ਚੁੱਕ ਪਿਆ ਅਤੇ ਉਹਦੇ ਬੇਅੰਤ ਕੌਰ ਦੇ ਪਿਓ ਨੇ ਫੜ ਫੁੜ ਲਿਆ ਨਾਲ ਹੋਰ ਬੰਦੇ ਬੁਲਾ ਕੇ ਅਤੇ ਵੀਡੀਓ ਬਣਾ ਲਈ ਅਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ ਉਹ ਕੋਈ ਲੋਕਲ ਲੁਟੇਰੇ ਸੀ ਆਪਦਾ ਦਾਲ ਲਾਉਣ ਆਏ ਸੀ ਬਾਅਦ ਦੇ ਵਿੱਚ ਪੁਲਿਸ ਨੇ ਫੜ ਲਏ ਕੀ ਹੁੰਦਾ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਆ ਪਰ ਇੱਕ ਚੰਗੀ ਗੱਲ ਜਿਹੜੀ ਹੈਗੀ ਇਸ ਕਾਂਡ ਤੋਂ ਇਹ ਉੱਭਰ ਕੇ ਸਾਹਮਣੇ ਆਈ ਆ ਕਿ ਹੋਰ ਬਹੁਤ ਸਾਰੀਆਂ ਕੁੜੀਆਂ ਨੇ ਜਿੰਨੇ ਮੁੰਡਿਆਂ ਨੇ ਵੀਡੀਓ ਪਾਈਆਂ ਵੀ ਮੇਰੇ ਨਾਲ ਵੀ ਇੱਦਾਂ ਲੈ ਗਈ 40 ਲੱਖ ਲੈ ਗਈ ਆ 45 ਲੱਖ ਲੈ ਗਈ ਆ ਤਾਂ ਫਲਾਨਾ ਹੋ ਗਿਆ ਧਿਮਕੜਾ ਹੋ ਗਿਆ ਜਿੰਨੇ ਨੇ ਵੀਡੀਓ ਪਾਈਆਂ ਉਹਨਾਂ ਨੂੰ ਕੁੜੀਆਂ ਦੇ ਫੋਨ ਜਾਣੇ ਸ਼ੁਰੂ ਹੋ ਗਏ ਕੈਨੇਡਾ ਤੋਂ ਫੋਨ ਜਾਣੇ ਸ਼ੁਰੂ ਹੋ ਗਏ ਜੀ ਅਸੀਂ ਤੁਹਾਨੂੰ ਜਾਂ ਤਾਂ ਬੁਲਾਵਾਂਗੇ ਜਾਂ ਤੁਹਾਡੇ ਪੈਸੇ ਵਾਪਸ ਕਰਾਂਗੇ ਤੁਸੀਂ ਹੁਣ ਇੱਦਾਂ ਨਾ ਕਰਿਓ ਸਾਨੂੰ ਇਹਨੂੰ ਦੱਬਿਆ ਰਹਿਣ ਦਿਓ ਮਾਮਲਾ ਚਲੋ ਜਿੱਥੇ ਕੋਈ ਮਾੜਾ ਹੁੰਦਾ ਲਵਪ੍ਰੀਤ ਦੀ ਜਾਨ ਗਈ ਹੈ ਬਹੁਤ ਹੀ ਮਾੜੀ ਗੱਲ ਹੈ ਮਾੜਾ ਹੁੰਦਾ ਤਾਂ ਨਾਲ ਨਾਲ ਮੇਰੇ ਖਿਆਲ ਆਉਣ ਵਾਲੇ ਲੋਕਾਂ ਦਾ ਥੋੜ੍ਹਾ ਬਹੁਤ ਭਲਾ ਹੋ ਜਾਏਗਾ ਅਤੇ ਦੂਜੀ ਮੈਨੂੰ ਲੱਗਦਾ ਨਹੀਂ ਵੀ ਸਾਡੇ ਜਿਹੜੇ ਆਉਣ ਵਾਲੇ ਗਾਹਾਂ ਪੰਜਾਬੀ ਨੇ ਵੀ ਕੋਈ ਉਦੋਂ ਬਾਅਦ ਵੀ ਹੁਣ ਚੱਲ ਜਾਏ ਕੁੜੀ ਟੋਰ ਟੂਰ ਕੱਢ ਕੇ ਅਤੇ ਚਾਲੀਆਂ ਦਾ ਵੀ ਭਾਵੇਂ 50 ਲੱਖ ਮੰਗ ਲਵੇ ਤਾਂ ਵੀ ਕਿਸੇ ਨਾ ਕਿਸੇ ਨੇ ਦੇ ਹੀ ਦੇਣਾ 2-4 ਹੋ ਸਕਦਾ ਇੰਨਾ ਕਰ ਨਹੀਂ ਕਰਨਾ ਤਾਂ ਕਿਸੇ ਨਾ ਕਿਸੇ ਨੂੰ ਹੋਣਾ ਵੀ ਨਹੀਂ ਯਾਰ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਇਹ ਠੀਕ ਹੀ ਹੋਣੀ ਆ ਇਹਨੂੰ ਆਪਾਂ ਕਰ ਹੀ ਲਈਏ ਚਲੋ ਖੈਰ ਵਿਸ਼ਵਾਸ ਬਹੁਤ ਦਿਨਾਂ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਪਰ ਇਹ ਚੀਜ਼ਾਂ ਨੇ ਇੱਕ ਵਿਸ਼ਵਾਸ ਦੀ ਜਿਹੜੀ ਤੰਦ ਹੁੰਦੀ ਹੈ ਉਹ ਤੋੜ ਕੇ ਰੱਖਤੀ ਹੈ ਲੀਰੋ ਲੀਰ ਕਰਕੇ ਰੱਖਦੀ ਹੈ ਲਓ ਜੀ ਜੇ ਅਗਲੀ ਗੱਲ ਕਰੀਏ ਤਾਂ ਅਸੀਂ ਗੱਲ ਕਰੀਦੀ ਹਮੇਸ਼ਾ ਕਿ NRIs ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਰਕਾਰਾਂ ਨੇ ਉਨਾ ਵਿਕਾਸ ਉਨੀ ਤਰੱਕੀ ਨਹੀਂ ਕੀਤੀ ਜਿੰਨੀ NRI ਭਰਾਵਾਂ ਨੇ ਆਪਣੇ ਪਿੰਡਾਂ ਦੇ ਵਿੱਚ ਆਪਣੇ ਲੈਵਲ 'ਤੇ ਕੀਤੀ ਹੈ ਬੜਾ ਵਧੀਆ ਲੱਗਦਾ ਹੈ ਪਰ ਬੜੀ ਹੈਰਾਨ ਕਰਨ ਵਾਲੀ ਖਬਰ ਮੈਂ ਤੁਹਾਨੂੰ ਦੱਸ ਰਿਹਾ ਪਾਕਿਸਤਾਨ ਦੀ ਗੱਲ ਕਰੀਏ ਕਹਿੰਦੇ ਵੀ ਇਮਰਾਨ ਖਾਨ ਨੇ ਬਹੁਤ ਸੁਧਾਰ ਲਿਆਂਦੇ ਨੇ ਬੜੇ ਵੱਡੇ ਕੰਮ ਕੀਤੇ ਨੇ ਬਹੁਤ ਜਿਹੜੀ ਤਰੱਕੀ ਆ ਵਿਕਾਸ ਪਾਕਿਸਤਾਨ ਦਾ ਇਮਰਾਨ ਖਾਨ ਦੇ ਆਉਣ ਤੋਂ ਬਾਅਦ ਹੋਇਆ ਕਾਰਨ ਉਹਦਾ ਇਹੀ ਹੈ ਵੀ ਉਹਦੀ ਸੋਚ ਸਹੀ ਸੀ ਤਾਂ ਪੋਲੀਟੀਸ਼ੀਅਨ ਨਹੀਂ ਸੀ ਬੇਸਿਕਲੀ ਜੇ ਖਾਨਦਾਨੀ ਪੋਲੀਟੀਸ਼ੀਅਨ ਹੁੰਦਾ ਫਿਰ ਤਾਂ ਸ਼ਾਇਦ ਨਹੀਂ ਕਰਦਾ ਫਿਰ ਤਾਂ ਉਹੀ ਆਦਤਾਂ ਪਈਆਂ ਹੁੰਦੀਆਂ ਰਗਾਂ ਦੇ ਵਿੱਚ ਖੂਨ ਉਹੀ ਪਾਇਆ ਹੁੰਦਾ ਹੈਰਾਨੀ ਵਾਲੀ ਗੱਲ ਜਿਹੜੀ ਮੈਂ ਦੱਸਣ ਲੱਗਾ ਜੀ ਪਾਕਿਸਤਾਨ ਨੂੰ 1 ਸਾਲ ਦੇ ਵਿੱਚ ਬਾਹਰਲੇ ਮੁਲਕਾਂ ਵੱਲੋਂ NRIs ਵੱਲੋਂ ਸਾਢੇ ਉਣੱਤੀ ਬਿਲੀਅਨ ਮੇਰੇ ਖਿਆਲ 46-47 ਅਰਬ ਰੁਪਈਆ ਬਣਦਾ ਸਾਢੇ 26 29 ਮਿਲੀਅਨ ਡੋਲਰ ਜਿਹੜੇ ਨੇ ਉਹ ਵਿਦੇਸ਼ਾਂ ਤੋਂ
माली मदद गई है 29.5 बिलियन 47.46 अरब रुपया बनता जिदे नाल उन्हें पाकिस्तान को पैरा सिर खड़ा किया। सब तो वध जिहड़े ने 6.6 बिलियन सऊदी अरब तो ही उन्होंने गए ने। सो देखो जी NRI पैसा पहलां तो ही बहुत भेजते आ रहे हैं, बहुत पैसा मैं कहना डब्बे डब्बे बोरिया दोरिया पैसा NRI ने लीडर दिता है। जिहड़े लीडर इधर आते हैं वो लिफाफे कट्ठे करके लै जाते हैं ढेर सारे तो लाते कित है नहीं। जो साढ़े लीडर भी जोड़ा पैसा जिथे वास्ते गया उ लाना शुरू कर दे तो मेरे ख्याल है पंजाब में भी किसी अगे कोई हाथ मन अड्डन की लड़ नहीं, पंजाब भी बहुत वधिया बन सकता। पर लोड़ है ऐसे लीडर की कि जोड़ा कोई नवा राह दे पंजाब नवी सेध दे जरूरी हैगा। ना दी नाल गल करिए जी एक हुण गल नहीं समझ आती भी एक खबर हासे वाली है कि दुखी करने वाली खबर है। करोना के नाल बहुत सारी डैथ हुई, बहुत सारिया डैथ हुई, बहुत माड़ी गल है। पर भोपाल की एक खबर सामने आ रही है जी, भोपाल दे विच करोना नाल हुई मौतां नाल जिहड़े संस्कार करन तो बाद 21 टन सवाह जिहड़ी है वो कट्ठी होई पई है, जिहदे विच जिहड़े अस्त हुंदे ने वह भी बहुत सारे ने 21 टन दे विच, क्योंकि लोग लैन नहीं आए, कोई अस्त उस लैन नहीं आया तो रवाज ही दूर हो गया, खत्म हो गया। तो पहले तो यह कहें होंगे कोई एक भी कहें फुल रहा उत्थे तो मुड़ के भूत बन जाता, तो हूँ तो कोई पता ही नहीं लिया किसी ने। चलो ये तो चलो आम गल 21 टन की होगी, पर उदू बाद की खबर जी हैरान करने वाली हैगी। कहें जी उन्होंने फैसला किया भोपाल की सरकार ने भी असी वो जी राख हैगी 21 टन वो पार्क बना देनी। पार्क सुन के एकदम तो हैरानी हुई, पर दूजी गल जो देखिए तो बड़ी चंगी गल है। असं भी साढ़े इतने वेस्टेज जो सड़क बन जा सारा कुछ जो वेस्ट चीज़ा होंगे तो पार्क बना के, तो पार्क जो बना दी तो उदू बाद अगली गल यह है भी जे किसी पता होगा मेरे अर्गे पार्क के करोना वाले की सवाह लगी हुई है तो उत्थे जाने ही किसी नहीं, उन्होंने जे लोग हुण आपदे सके खून दे कोल नहीं गए भी ये करोना होया सी ये मर गया, करोना होया सी इहदी जिहड़ी जल रही है शमशान घाट दे विच जल रही उहदी आरथी जल रही है, तो जे उत्थे नहीं लोग गए सके नहीं गए ब्लड रिलेशन वाले नहीं गए तो पार्क के भाई किने जाना। इस करके वो ना ही दसदे तो चंगा सी, हुण पार्क बना के उहदा ना कोई वधिया रखणगे तो लोग उहदे च जाणगे। चलो हुण अज दे विशे वल आउणे आ, विषय की गल करिए तो पोलीटिकल अज का काम रहेगा थोड़े जहा पोलीटिकल साढ़े 2 द पॉइंट प्रोग्राम चलता, पहले सवेरे चलता 9 बजे पैसिफिक टाइम तो फिर चलता हैगा हूँ शामी 5:30 बजे। तो मैनू हूँ मैसेज आए 2-3 भी कहते जी 2 द पॉइंट उन्होंने भी सिद्धू प्रधान बन गया, उन्होंने दसिया नहीं वो हजे मतलब पक्का नहीं किया पर सिद्धू पक्का हो गया। मैं उन्होंने फिर दसिया भी मैं क्या भाई वो प्रोग्राम सवेरे आता पहला जरा हूँ रिपीट आँदी है। सो पहली गल तो यह है जी सिद्धू साहब प्रधान बनाते ने उन्होंने, जाखड़ साहब की करती है छुट्टी तो हुण देखो की बनता अगे की वह करते ने। पर मेरा विशा अज का यही होएगा, कमाल की गल है हूँ मैं लगता जोड़े प्रधानगी की कुर्सी मिलने नाल ही आप पोलीटिकल गल इस करके करते, हालांकि नवजोत सिद्धू पोलीटिकल नहीं है संभावनावा काफ़ी उस तो, पर सोचने गल हूँ प्रधानगी बन गया जे नवजोत सिद्धू तो उदू बाद कैप्टन CM रहा तो कौन की सुनूगा, पंजाब का ये कितने फायदा होया। जिहड़ियां ट्वीट करते रोज़ बेअदबी मैं लगता वह प्रधानगी की कुर्सी से बैठन की देर आ, हजे तो बेअदबी दिस रही होनी उन्होंने प्रधानगी की कुर्सी से बैठन की देर आदा हल निकल जाना, बेअदबी के दोषी अंदर हो जाने तो वह अपना आराम दे सारा कुछ वेले हो जाना आराम दे ठीक ठाक हो जाना। सो ये विशा रहेगा जी भी की वाकई ये पंजाब का दूजी गल भी नाल कर लीए। सुखबीर बादल साहब ने पहला कहता भी साड़ी सरकार आई तो 3 मुख्यमंत्री होणगे, 3 मुख्यमंत्री, पर बाद दे विच उन्होंने फिर सोध की भी 2 डिप्टी मुख्यमंत्री होणगे तो 1 मुख्यमंत्री होगा, 3 लगभग मुख्यमंत्री जिहड़े हो गए। तो नाल उन्होंने कहा भी दलित 1 बनेगा उप मुख्यमंत्री तो 1 हिंदू बनेगा। मैनू ये गल नहीं समझ आई भी भाई पंजाब का ये की फायदा, नवजोत सिद्धू प्रधान बनाता वो 2 मुख्यमंत्री बनाते, आम आदमी पार्टी ने 6 मुख्यमंत्री चेहरा बनाता तो पंजाब का ये कितने फायदा। असं पहला भी गल की अज फिर उही गल दोबारा करनी है क्योंकि ये बहुत जरूरी है। सिर्फ हुण कुर्सी हुण लगता हुण जदों वोटां पै गईआं अगले साल
रिजल्ट दे तक पूरी होगी लाला लाला। उदू बाद फिर तुसी भी चुप असी भी चुप सारे आपो अपने कामकारा ते जिहड़ी सरकार आ गई उन्हें पहलां वांगू आपो अपने काम करने आ जिवें करदे आ ते उदू बाद फिर तू कौन ते मैं कौन। ते हुण इही असी बार बार बेनती करदे आ वी भाई वोटां वोटां जिहड़ियां ऐतकी सोच समझ के पाओ। ते आ पिछली आ नरेश गुजराल बीजेपी दे अकाली दल दे सीगे इह जलंधर तों जिहड़े इंद्र कुमार गुजराल दे मुंडे उत्थों MLA सी बाद विच राज सभा मैंबर भी रहे आ। उन्होंने हुण खुलासा किया जी भी पिछलियां 2017 दीआं वोटां दे विच बिल्कुल शरेआम बीजेपी ते अकाली दल दी वोट जिहड़ी आ मोदी जी दे कहण ते उह कांग्रेस नूं ट्रांसफर कीती आ तां कि आम आदमी पार्टी जित ना सके। वो तो भाई फिर हुण भी हो सकता उदो बीजेपी ने कीते हुण कांग्रेस वाले कर देणगे जां वो कर देणगे। ये तो लोगों ने ही सोचना, लोग सोचणगे तां ही गल बणूगी। सो ये सारिया गल्लां बात जिहड़ी राजनीति असीं अक्सर करदे रहे, मेरा भी काफ़ी वाह वास्ता रहा राजनीति दे विच। तां कहिंदे वी कोई सके प्यो दा भी विश्वास नहीं करते, कई बार पहला भी गल की है भी यह लोड़ वेले तो गधे नूं बापू कह दिंदे आ ते जदों लोड़ नहीं आ ते उदों बापू नूं भी गधा कहण तों हिचकिचाउंदे नहीं हैगे। सो राजनीति बारे अज गल करनी आ कि नवजोत सिद्धू दे कांग्रेस प्रधान बनन तों बाद हुण तुहाडे की विचार ने। ये मैं विशा तां रख्या क्योंकि टू द पॉइंट दे विच कालां लैंदे नहीं, मुद्दा दे विच अज ये विशा नहीं सीगा, मुद्दा रिकॉर्डड सी शायद। तो मैनू फिर दो तीन गल आईया भी तुहानू की लगता, मैं कहा जी मैनू कुछ लगे ना लगे आपां उत्तों की करवाउणा, असीं साडे दर्शकां नूं पुछ लैणे भाई उहनां नूं की लगता। सो नवजोत सिद्धू दा पिछोकड़ जिहड़ा आपां नूं पता वी क्रिकेट दा हैगा ते उह इक तकरीबन कई वार तां इउं लगदा थोड़ी जी ओवर एक्टिंग जां कि चलो उह लफ्ज़ तां आपां कल नूं बोलणा हो सकदा, कल नूं अगला मुख्यमंत्री बण के बैठा होवे वी थोड़ी जी फुकरापंथी जी आ जांदी आ स्टेज ते प्रियंका गांधी राहुल गांधी खड़े ने तां उह छक्के मारी जांदा इदां हत्थ नाल छक्के मारी जांदा। ते इह हुण पता नहीं सिंसियरिटी की है कित्थे नहीं है, पर इह आम आदमी पार्टी दा पहला जिहड़ी संभावना सीगी वी अगर नवजोत सिद्धू आ गया ते उह भाई गल बण सकदी उहनां दी। ते पर उह मैनूं इह नहीं लगदा नहीं कि उह भगवंत मान ने कोई सिर पैर लगण दित्ता होऊगा, क्योंकि वह वन मैन शो करन दी शुरू तो कैस्टां वेले तो आदत पई है, वन मैन शो कैस्टां च वन मैन शो स्टेजा ते करदा रहा, कामयाब शो बहुत वड्डे कामयाब शो करदा रहा, बहुत वड्डियां कामयाब कैस्टां वन मैन शो दे तौर ते दित्तियां, फिल्मां वन मैन शो दे दित्तियां ने, लाफ्टर चैलेंज वन मैन शो दे तौर ते जित्ते ने। ते राजनीति विच मैनूं इउं लगदा कि उह सोचदे ने वी भाई शायद वन मैन शो नाल गल बण सकदी है, ते पर गल बनन दी कोई वड्डी गल भी नहीं, कुछ नहीं पता हुंदा लोकां दा। 13 सीटां सिमरनजीत सिंह मान साहब नूं उदों जितातियां सीगियां, वो वक्खरी गल है, बाद दे विच किस की होया की नहीं है तुहानूं पता ही है। ते लोग चेंज देखना चाहुंदे ने चेंज, जे नवजोत सिद्धू आ जांदा चांस वध जाणे सीगे, जे नहीं तां हुण चलो जो हैगा उस नाल गुजारा करना पैणा। सो इन्हां ने सिद्धू दे नाल जिहड़े पत्ता होर खेडिया प्रधान बनाउण दे नाल विजेंद्र सिंगला ते संतोख चौधरी संतोख सिंह ये नाल बनाए ने वाइस प्रेजिडेंट। सीधा सीधा गल आ गई उत्थे ही, कहिंदे खोती कहिंदे मोड़ खोड़ के बोर्ड थले आ जांदी आ, बोर्ड थले भी छड्डो खोती तां हुण टोआ पट के थले बह गई बोर्ड दे, भाई मैं तां इत्थे ही ठीक आ तुसीं तां फिर उही काम करी जाणा। विजेंद्र सिंगला दा मतलब है वाइस प्रेजिडेंट बनाउण दा हिंदू वोट, चौधरी संतोख सिंह नूं वाइस प्रेजिडेंट बनाउण दा हैगा मसला तकरीबन यह कि दलित वोट जी है उन्होंने नाल नाल आ सकती है। प्रताप सिंह बाजवा चोण मैनीफेस्टो चेयरमैन बना दिता। मुकदी गल यह है जी भी लड्डू वंड के कचहरी में निकली पहली पेशी यार छुट्टी है, मुकदी गल यह है भी सबनों कुछ ना कुछ दे के उन्होंने पत्याउन की कह लो टकयाउन की कह लो कोशिश की है तो कामयाब भी हो गए। बाकी जेडे उन्नी इक्की कोई करते कुरते सके हूँ तो उन्होंने सल्यूट मार के कहता धर्मसोत ने भी ए करके कि भाई नवजोत सिद्धू तो चलो बहुत वड्डी छाया, अगर साडी हाईकमान किसी साइकिल वाले नूं राह चलदे नूं रिक्शे वाले नूं भी कहिंदे प्रेजिडेंट बना दे तो साडा उहनूं भी सलूट है, लो जी कर लो कहो नूं भांडा। सो तुहाडे इहदे बारे विचार जानने जनरल राजनीति वाली गल आ। वैसे पंजाब दी राजनीति दा फिकर पंजाब नालों ज़्यादा इधरले लोग करदे ने, पंजाब दा फिकर पंजाब नालों ज़्यादा इधरले लोग करदे ने। तुहाडे की विचार ने इह सारे घटनाक्रम बारे, ये आपां अज गल करनी आ। पर कालां लैण तों पहलां एक ब्रेक लेनी है, ब्रेक तो बाद फिर प्रोग्राम लैके तुहाडे रूबरू हाजिर होवांगे, तुसीं देखदे रहो जस पंजाब। हाजिर है जी ब्रेक तो बाद एक बार फिर प्रोग्राम लैके, तो विशा जिवें मैं पहले साडे दर्शकों दस्सिया सी कालां वी तुहाडियां आउणी शुरू हो गईआं, पर थोड़ी देर दविंदर होठी साहब की कविता का जिहड़ा आनंद आ वख्खरा ही हुंदा, उहनां दा गल करन दा लहजा कविता बोलन दा लहजा ते बहुत सारे साडे दर्शक उहनां दी कविता पसंद भी करदे ने गल्लबात दा लहजा भी पसंद करदे ने। सो पहला दविंदर होठी वाल चलते हैं तो उस तो बाद तुहाडियां कालां वाले पासे चलांगे। हाँ जी दविंदर जी सत श्री अकाल, स्वागत है।
ਥੈਂਕ ਯੂ ਭਾਜੀ, ਸਤਿ ਸ੍ਰੀ ਅਕਾਲ। ਤੇ ਸੁਣਾਓ ਕਿੱਦਾਂ ਹਾਲ ਚਾਲ? ਬਸ ਵਧੀਆ, ਲਾਈ ਜਾਂਦੇ ਦਿਹਾੜੀ ਆ, ਦੇਖੋ ਬੈਠੇ ਆ। ਠੀਕ ਹੈ, ਆਪਾਂ ਪੰਜਾਬ ਦੇ ਲੀਡਰ ਤੇ ਇੰਡੀਆ ਦੇ ਲੀਡਰ ਤੇ ਆਪਾਂ ਦੁਨੀਆ ਭਰ ਦੇ ਲੀਡਰਾਂ ਬਾਰੇ ਤੇ ਗੱਲ ਕਰਨੀ ਹੈ, ਪਰ ਮੈਨੂੰ ਭੁੱਲ ਜਾਣਾ ਪਹਿਲਾਂ ਆਪਾਂ ਕੀ ਗੱਲ ਕਰੀਏ ਜੀ। ਇਹ ਜਿਹੜਾ ਭਾਜੀ ਆਪਣੇ, ਮੈਨੂੰ ਪਤਾ ਨੀ ਅੱਜ ਦੇ ਵਿਸ਼ੇ ਚ ਗੱਲ ਕਰਨੀ ਚਾਹੀਦੀ ਕਿ ਨਹੀਂ, ਪਰ ਮੇਰੇ ਮਨ ਚ ਸਵਾਲ ਆ, ਜਿਹੜਾ ਮਿਸ ਪੰਜਾਬਣ ਵਾਲਾ ਚੱਕਰ ਹੈ, ਇਹ ਕੀ ਆ? ਇਹ ਮਿਸ ਐਂਡ ਮਿਸਿਸ ਪੰਜਾਬਣ USA। ਅੱਛਾ ਸਰ, ਬੀਬੀਆਂ ਵਾਸਤੇ ਮਤਲਬ? ਮਿਸਿਸ ਵੀ ਆ, ਮਿਸ ਕੱਲੀ ਨੀ, ਜਨਾਨੀਆਂ ਰੱਖਣ ਦੇਣਾ ਪਹਿਲਾਂ ਖੜੇ ਜੋ, ਮੈਂ ਬਣਾਉਣੀ ਤੈਨੂੰ ਮਿਸਟਰ ਪੰਜਾਬ USA ਪਹਿਲਾਂ, ਫਿਰ ਤਾਂ ਹੀ ਲੇਡੀਜ਼ ਦਾ ਰੱਖਿਆ। ਇਹ ਮਿਸ ਪੰਜਾਬ ਬਣਿਆ ਹੈਗਾ ਆਪਣੇ ਦਵਿੰਦਰ, 24 ਜੁਲਾਈ ਨੂੰ ਆਇਓ ਤੁਸੀਂ ਵੀ ਇੱਥੇ ਆਪਣੇ ਅਗਲੇ ਸ਼ਨੀਵਾਰ ਪਰਿਵਾਰ ਸਮੇਤ। ਮੈਂ ਪੜ੍ਹਦਾ ਸੀ ਮੋਜੜੀ, ਆਪਣੇ ਪੰਜਾਬੀ ਫਿਲਮਾਂ ਦੀ, ਫਿਲਮਾਂ ਦੀ ਬੜੀ ਮਸ਼ਹੂਰ ਹੀਰੋਇਨ ਆ ਕੁੜੀ, ਉਹ ਕੀ ਨਾਮ ਉਹਦਾ, ਕਿੰਮੀ ਵਰਮਾ। ਕਿੰਮੀ ਵਰਮਾ ਵੀ ਪਹੁੰਚ ਰਹੇ ਆ ਸਟੂਡੀਓ? ਹਾਂ, ਉਹ ਹੀ ਕਰਾ ਰਹੇ ਨੇ ਤੇ ਸਟੂਡੀਓ ਆ ਰਹੇ ਨੇ ਉਹ ਵੀ, ਕਿੰਮੀ ਵਰਮਾ ਵੀ। ਨਸੀਬੋ ਫਿਲਮ ਸੀ ਜੀ, ਆ ਨਸੀਬੋ ਸੀ ਜੀ, ਆ ਨਸੀ ਪਿੰਡ ਦੀ ਕੁੜੀ, ਬਹੁਤ ਸਾਰੀਆਂ ਫਿਲਮਾਂ ਕੀਤੀਆਂ ਉਹਨਾਂ ਨੇ। ਹਾਂਜੀ ਹਾਂਜੀ ਹਾਂਜੀ। ਤੇ 2018 ਦੇ ਵਿੱਚ ਮਿਸਿਸ ਪੰਜਾਬਣ ਮਿਸਿਸ ਇੰਡੀਆ USA ਵੀ ਸੀਗੇ 2018 'ਚ। ਰੌਣਕ ਮੇਲਾ ਹੋਣਾ, ਸੋਹਣਾ ਰੌਣਕ ਮੇਲਾ, ਮੈਂ ਕਿਹਾ ਹੋਣਾ 24 ਤਰੀਕ ਨੂੰ ਆ ਜਾਓ। ਨਾਲੇ ਆਪਾਂ ਕੰਮ ਵੀ ਸਾਰਾ ਆਪਾਂ ਕਰਨਾ ਦੇਖਣਾ। ਚਲੋ ਖੈਰ, ਚੰਗੀ ਗੱਲ ਹੈ, ਕਰਦੇ ਰਹਿਣਾ ਚਾਹੀਦਾ। ਹੁਣ ਮੇਲੇ ਵਗੈਰਾ ਖੁੱਲ੍ਹੇ ਨੇ ਅਤੇ ਵਧੀਆ ਗੱਲ ਹੈ, ਅਤੇ ਇਹਦਾ ਫਾਈਨਲ ਜਿਹੜਾ ਵੈਸੇ ਹੈਗਾ ਉਹ 16 ਅਕਤੂਬਰ ਨੂੰ ਆਪਾਂ LA ਰੱਖਿਆ। ਅੱਛਾ, ਇਹਦੇ ਵਿੱਚ ਕੀ ਹੈ ਭਾਜੀ, ਆਪਣੇ ਕਿੱਦਾਂ ਵੀ ਪਹੁੰਚਣਾ ਬੀਬੀਆਂ ਨੇ? ਨਹੀਂ, ਇਹਦੇ 'ਚ ਤਾਂ ਔਨਲਾਈਨ ਵੀ ਰਜਿਸਟ੍ਰੇਸ਼ਨ ਕਰ ਸਕਦੇ, ਅਸੀਂ ਫੋਨ ਨੰਬਰ ਵੀ ਦਿੰਦੇ ਹੁੰਦੇ ਹਾਂ, ਕਿੰਮੀ ਜੀ ਉਹਨਾਂ ਦਾ ਨੰਬਰ ਉਹਨਾਂ ਦੀ ਕੰਪਨੀ ਦਾ ਹੈਗਾ, ਅਤੇ ਨਾਲ ਦੀ ਨਾਲ ਔਨਲਾਈਨ, ਅਤੇ ਨਾਲ ਦੀ ਨਾਲ ਇਹ ਹੈ ਵੀ ਮਿਸਿਸ ਪੰਜਾਬਣ ਦੇ ਵਿੱਚ ਕੋਈ ਬੰਧਚ ਨਹੀਂ ਹੈ, ਨਾ ਹਾਈਟ ਦੀ, ਨਾ ਉਮਰ ਦੀ, ਨਾ ਭਾਰ ਦੀ। ਕਿਆ ਬਾਤ ਆ, ਮਤਲਬ ਸ਼ੁਕਲ ਮੇਲਾ ਹੀ ਹੈ ਉਹ। ਇਹਦਾ ਲਿਖਿਆ ਸਾਡਾ ਵਿਰਸਾ, ਇਹਦਾ ਜਿਹੜਾ ਤਖੱਲਾ ਲਿਖਿਆ ਨਾ ਆਪਾਂ ਸਲੋਗਨ ਵੀ, ਸਾਡਾ ਵਿਰਸਾ ਸਾਡੀ ਸ਼ਾਨ, ਨਹੀਂ ਆਹ 24 ਨੂੰ ਸੋਹਣਾ ਰੌਣਕ ਮੇਲਾ ਹੋਣਾ ਇੱਥੇ, ਪਰਾਉਣੇ ਵਾਹਵਾ ਆਏ ਨੇ 24 ਨੂੰ, ਨਾਲੇ ਸਾਡੇ ਸਟੂਡੀਓ 'ਚ ਚਰਨ ਵੀ ਪਹੁੰਚ ਰਹੇ ਆ, ਤੇ ਸਟੂਡੀਓ ਚਰਨ ਵੀ ਪੈਣਗੇ, ਮਾੜਾ ਹੋਲਡ ਰੱਖੋ ਨਾਲੇ ਜੀ, ਸਾਡੇ ਦਰਸ਼ਕਾਂ ਦੇ ਸਟੂਡੀਓ 'ਚ ਚਰਨ ਪੈ ਜਾਣਗੇ। ਚਲੋ ਹਾਂਜੀ 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 ਹਾਂਜੀ, ਹੁਣ ਇਹ ਸਿੱਧੂ ਸਾਹਿਬ ਨੂੰ ਪ੍ਰਧਾਨਗੀ ਮਿਲ ਗਈ ਉਹਦੀ ਕਾਂਗਰਸ ਦੀ, ਅਤੇ ਬਹੁਤ ਬਹੁਤ ਵਧਾਈ ਹੋਵੇ, ਅਤੇ ਹੁਣ ਮੇਰੇ ਖਿਆਲ ਆ ਉਹ ਸ਼ਾਇਦ ਹੱਲ ਹੋ ਗਏ ਸਾਰੇ ਮਸਲੇ, ਬਰਗਾੜੀ ਵਾਲਾ ਵੀ, ਸਾਰੇ ਵੀ, ਬੇਅਦਬੀ ਵੀ, ਪੰਜਾਬ ਦੀ ਬਿਜਲੀ ਦਾ ਵੀ ਮਸਲਾ ਹੱਲ ਹੋ ਗਿਆ, ਸਾਰਾ ਕੁਛ ਹੋ ਗਿਆ, ਉਹ ਕਿੰਨੀ ਕੁ ਕੁਰਸੀ 'ਤੇ ਬੈਠਣ ਤੋਂ ਬਾਅਦ ਹੋਊ? ਬਿਆਨ ਚੇਂਜ ਹੋ ਜਾਣੇ, ਮਤਲਬ ਇਹ ਹੈ ਵੀ ਅਸੀਂ ਸਿੱਧੂ, ਵੈਸੇ ਮੈਨੂੰ ਵਧੀਆ ਲੱਗਦਾ ਕਿ ਨੌਨ ਪੋਲੀਟੀਸ਼ੀਅਨ ਬੰਦਾ, ਅਗਰ ਜੇ ਇਮਰਾਨ ਖਾਨ ਪਾਕਿਸਤਾਨ ਦੇ ਵਿੱਚ ਬਣਿਆ, ਤੇ ਇਮਰਾਨ ਖਾਨ ਨੇ ਬਹੁਤ ਜ਼ਿਆਦਾ ਤਬਦੀਲੀ ਕਹਿ ਲਓ, ਸੁਧਾਰ ਕਹਿ ਲਓ, ਲਿਆਂਦਾ, ਹਾਲਾਂਕਿ ਉਹਨੂੰ ਟਿਕਣ ਨਹੀਂ ਦਿੰਦੇ ਸੀਗੇ, ਕਾਰਨ ਉਹ ਲਾਂਘਾ ਕਰਤਾਰਪੁਰ ਸਾਹਿਬ ਦਾ ਖੁੱਲ੍ਹਣ ਦਾ ਵੀ ਇਹੀ ਕਾਰਨ ਆ ਕਿ ਉਹਦੇ 'ਚ ਕੋਈ ਪੋਲੀਟੀਕਲ ਬੰਦਾ ਇਨਵੋਲਵ ਨਹੀਂ ਸੀ, ਦੋਨੋਂ ਬੰਦੇ ਨੌਨ ਪੋਲੀਟੀਕਲ ਸੀਗੇ, ਹੁਣ ਪੋਲੀਟੀਕਲ ਹੋਏ ਨੇ, ਪਹਿਲਾਂ ਨੌਨ, ਉਹਨਾਂ ਦੀ ਸੋਚ ਨੌਨ ਪੋਲੀਟੀਕਲ ਹੈ। ਸੋ ਇਹ ਇਸ ਪੱਖੋਂ ਤਾਂ ਵਧੀਆ ਸੀ, ਪਰ ਉਹ ਪਹਿਲਾਂ ਜਦੋਂ ਕਾਂਗਰਸ ਦੇ ਵਿੱਚ ਸੀ, ਅਤੇ ਉਦੋਂ ਕਹਿੰਦੇ ਸੀ ਮੇਰੀ ਸੋਨੀਆ ਜੀ ਮਾਂ ਨੇ, ਫਿਰ ਮੇਰੇ ਖਿਆਲ ਮੋਦੀ ਸਾਹਿਬ ਵੀ ਬਾਪੂ ਰਹੇ ਨੇ, ਅਤੇ ਇੱਦਾਂ ਦੀ ਗੱਲਬਾਤ ਹੈਗੀ ਆ, ਅਤੇ ਚਲੋ ਵੇਖੋ, ਚਲੋ ਹਜੇ ਬਣੇ ਆ ਉਹ, ਚਲੋ ਦੇਖੋ, ਸ਼ਾਇਦ ਕੁਛ ਕੰਮ ਕਰਨ ਦੇ ਵਿੱਚ ਹੋ ਗਏ, ਇੱਡੀ ਗੱਲ ਨਹੀਂ ਹੈ। ਉਹ ਕੰਮ, ਉਹਦਾ ਪ੍ਰੋਬਲਮ ਇਹ ਹੈ ਕਿ ਉਹ ਕੰਮ ਕਰਨਾ ਚਾਹੇਗਾ, ਕਾਂਗਰਸ ਦੇ ਵਿੱਚ ਮਨਪ੍ਰੀਤ ਬਾਦਲ ਨੇ ਕੰਮ ਕਰਨਾ ਚਾਹਿਆ, ਪ੍ਰੋਬਲਮ ਆ ਜਾਂਦੀ ਹੈ, ਕਰਨ ਨਹੀਂ ਦਿੱਤਾ ਜਾਂਦਾ। ਮਨਪ੍ਰੀਤ ਬਾਦਲ ਦੀ ਸੋਚ ਵੀ ਵਧੀਆ ਸੀ, ਕੋਈ ਮਾੜੀ ਨਹੀਂ, ਉਹਨੇ ਸੋਚਿਆ ਪਹਿਲਾਂ ਮੈਂ ਕਿਤੇ 4 ਵਾਰੀ ਪੰਜੂ ਚੁੱਕਾ, 20 ਸਾਲ MLA ਬਣਦਾ ਰਿਹਾ ਅਕਾਲੀ ਦਲ ਦੇ ਵਿੱਚ, ਅਤੇ ਲਾਸਟ ਵਾਰੀ ਉਹਨੂੰ ਵਿਚਾਰੇ ਨੂੰ ਮਿਲੀ, ਫਾਈਨੈਂਸ ਮਿਨਿਸਟਰ ਮਿਲੇ ਬਣੇ ਆ, ਅਤੇ ਉਹ ਵੀ ਪੂਰੀ ਟਰਮ ਨਹੀਂ ਹੋਈ, 4 ਸਾਲ ਬਾਅਦ ਹੀ ਉਹਨੂੰ ਕੱਢਤਾ ਸੀਗਾ, ਅਤੇ ਉਹ ਇਸ ਕਰਕੇ ਮਿਲਦਾ, ਉਹ ਵੀ ਚੁੱਪ ਕਰ ਗਿਆ, ਕਰਨਾ ਉਹ ਵੀ ਪੰਜਾਬ ਦਾ ਚਾਹੁੰਦਾ ਸੀ, ਕਰਨਾ ਸਿੱਧੂ ਵੀ ਚਾਹੁੰਦਾ ਹੋਏਗਾ, ਗੱਲ ਇਹ ਹੈ ਕਿ ਉਹ ਕਰ ਪਾਉਂਦਾ, ਉਹਨੂੰ ਕਰਨ ਦਿੰਦੇ ਕਿ ਨਹੀਂ ਕਰਨ ਦਿੰਦੇ।
ਪਰ ਉਹ ਕਹਿੰਦਾ ਸੀ ਮੈਨੂੰ ਅਹੁਦਿਆਂ ਦਾ ਲਾਲਚ ਨਹੀਂ, ਪਰ ਅਹੁਦਿਆਂ ਦਾ ਲਾਲਚ ਜਾਂ ਤਾਂ ਕੋਈ ਮੰਗ ਬਣਵਾ ਕੇ ਕਰਦਾ ਨਾ, ਵੀ ਮੈਂ ਤਾਂ ਕਰਦਾ, ਪਤਾ ਨਹੀਂ ਹੁਣ ਕੀ ਸਾਰਾ। ਦੂਜੀ ਇਹ ਆ ਭਾਜੀ, ਕਹਿ ਦਿੰਦੇ ਆ ਪੋਲੀਟੀਕਲ ਲੀਡਰ ਅਹੁਦਿਆਂ ਦਾ ਲਾਲਚ ਨਹੀਂ, ਪਰ ਜੇ ਉਹਨਾਂ ਦੇ ਕੋਲ ਅਹੁਦਾ ਨਹੀਂ ਆ ਤਾਂ ਫਿਰ ਸੁਣਵਾਈ ਵੀ ਕੋਈ ਨਹੀਂ ਹੈ। ਇਹ ਵੀ ਹੈ, ਜੇ ਹੁਣ ਕੋਈ ਜਿੱਤ ਕੇ ਉੱਥੇ ਜਾਂਦਾ ਤਾਂ ਉੱਥੇ ਅੰਦਰ ਜਾ ਕੇ ਆਵਾਜ਼ ਉਠਾਊ, ਜੇ ਕੋਈ ਹੁਣ ਜਿੱਤ ਕੇ ਜਾਂਦਾ ਹੀ ਨਹੀਂ ਦੇਖੀਏ ਤੇ ਮੈਨੂੰ ਲੱਗਦਾ ਵੀ ਕਾਂਗਰਸ ਦਾ ਪਰਡਾ ਥੋੜਾ ਭਾਰੀ ਹੋਇਆ ਲੱਗਦਾ। ਚਲੋ ਲੋਕਾਂ ਦੇ ਅਸੀਂ ਵਿਚਾਰ ਲਵਾਂਗੇ, ਚੰਗੇ ਬੰਦੇ ਚਲ ਗਿਆ, ਬਾਕੀ ਟਾਈਮ ਦੱਸੋ। ਟਾਈਮ ਦੱਸੂ, ਮੁੱਖ ਦੀ ਗੱਲ ਇਹ ਹੈ ਜੀ, ਉੱਧਰੋਂ ਇਕੱਲਾ ਕੈਪਟਨ ਅਤੇ ਸਿੱਧੂ ਦਾ ਹੀ ਪੰਗਾ ਨਹੀਂ ਸੀਗਾ, ਪੰਗਾ ਸੋਨੀਆ ਗਾਂਧੀ ਅਤੇ ਰਾਹੁਲ ਅਤੇ ਪ੍ਰਿੰਕਾ ਦਾ ਵੀ ਸੀਗਾ ਨਾ। ਉਹ ਪ੍ਰਿੰਕਾ ਅਤੇ ਰਾਹੁਲ ਦੀ ਇੱਕ ਸੀ, ਉਹ ਨਵਜੋਤ ਸਿੱਧੂ ਦੇ ਹੱਕ ਦੀ ਗੱਲ ਕਰਦੇ ਸੀ, ਅਤੇ ਸੋਨੀਆ ਗਾਂਧੀ ਉਹ ਕੈਪਟਨ ਦੇ ਹੱਕ ਦੀ ਗੱਲ ਕਰਦੇ ਸੀ। ਕਾਰ ਸੋਨੀਆ ਗਾਂਧੀ ਨੂੰ ਕਰਨੀ ਵੀ ਪੈਣੀ ਹੈ ਕੈਪਟਨ ਦੇ ਹੱਕ ਦੀ ਗੱਲ, ਕਿਉਂਕਿ ਇਹਨਾਂ ਦੇ ਵਿਆਹ ਰਾਜੀਵ ਗਾਂਧੀ ਦਾ ਅਤੇ ਸੋਨੀਆ ਗਾਂਧੀ ਦਾ ਕੈਪਟਨ ਨੇ ਕਰਾਇਆ ਉਦੋਂ ਵਿੱਚ ਪੈ ਪਵਾ ਕੇ। ਇੰਦਰਾ ਗਾਂਧੀ ਮੰਨਦੀ ਨਹੀਂ ਸੀ ਅਤੇ ਕੈਪਟਨ ਸਾਹਿਬ ਨੇ ਕਰਾਇਆ, ਅਤੇ ਪੁਰਾਣੇ ਆ ਸਾਥੀ ਨੇ ਮੇਰੇ ਖਿਆਲ, ਪੜ੍ਹੇ ਪੁੜੇ ਵੀ ਇਕੱਠੇ ਸ਼ਾਇਦ ਹੈਗੇ ਨੇ ਰਾਜੀਵ ਗਾਂਧੀ ਅਤੇ ਇਹ। ਸੋ ਇਸ ਕਰਕੇ ਮੁੱਖ ਦੀ ਗੱਲ ਇਹ ਹੈ ਜੀ, ਉਹ ਇੱਕ ਵਾਰੀ ਜਿਹੜਾ ਸ਼ਾਬਾ ਹੈਗਾ ਤਕੜੀ ਦਾ ਉਹ ਬਰਾਬਰ ਕਰਤਾ। ਜਾਂ ਮੋਟਾ ਮੋਟਾ ਇਹ ਕਹਿ ਲਓ ਵੀ ਜਿੰਨਾ ਚਿਰ ਪੁਰਾਣੇ ਖੁੰਡ ਬੈਠੇ ਆ ਤੇ ਨਵਿਆਂ ਦੇ ਐਡੇ ਸੌਖੇ ਨਹੀਂ ਲੱਗਦੇ, ਪੈਰ ਨਹੀਂ ਲੱਗਣਗੇ। ਅਮਰੇਸ਼ ਗੁਜਰਾਲ ਨੇ ਸ਼ਰੇਆਮ ਕਹਿਤਾ, ਹੁਣ ਜਿਹੜਾ ਇਹ ਅਕਾਲੀ ਦਲ ਬੀਜੇਪੀ ਸੀ ਵੀ 2017 ਦੇ ਵਿੱਚ ਮੋਦੀ ਦੇ ਕਹਿਣ 'ਤੇ ਸਾਰੀ ਬੀਜੇਪੀ ਵੋਟ ਅਤੇ ਅਕਾਲੀ ਵੋਟ ਕਾਂਗਰਸ ਨੂੰ ਭੁਗਤੀ ਆ ਵੀ ਆਮ ਆਦਮੀ ਪਾਰਟੀ ਨਾ ਬਣ ਜਾਏ। ਕਹਿੰਦਾ ਵੀ ਪੰਜਾਬ ਦਾ ਸੁਣੋ ਸੁਣਾਵਾਂ ਹਾਲ, ਕੈਪਟਨ ਬਾਦਲ ਕੇਜਰੀਵਾਲ ਲਾਗੇ ਲਾਗੇ ਆਉਣ ਲੱਗੇ ਆ, ਲੋਕਾਂ ਨੂੰ ਭਰਮਾਉਣ ਲੱਗੇ ਆ, ਸਿਰ ਦੇ ਉੱਤੇ ਵੋਟਾਂ ਆਈਆਂ ਤਾਂ ਰੌਲਾ ਪਾਉਣ ਲੱਗੇ ਆ। ਪੰਜਾਬ ਦਾ ਸੁਣੋ ਸੁਣਾਵਾਂ ਹਾਲ, ਕੈਪਟਨ ਬਾਦਲ ਕੇਜਰੀਵਾਲ ਲਾਗੇ ਲਾਗੇ ਆਉਣ ਲੱਗੇ ਆ, ਲੋਕਾਂ ਨੂੰ ਭਰਮਾਉਣ ਲੱਗੇ ਆ, ਸਿਰ ਦੇ ਉੱਤੇ ਵੋਟਾਂ ਆਈਆਂ ਤਾਂ ਰੌਲਾ ਪਾਉਣ ਲੱਗੇ ਆ। ਕੋਈ ਕਹਿੰਦਾ ਮੈਂ ਬਿਜਲੀ ਦਊ ਤੇ ਕੋਈ ਕਹੇ ਮੈਂ ਆਟਾ ਦਾ, ਇੱਕ ਕਹਿੰਦਾ ਮੈਂ ਬਿਜਲੀ ਦਊ ਤੇ ਦੂਜਾ ਕਹੇ ਮੈਂ ਆਟਾ ਦਾ, ਤੀਜਾ ਕਹੇ ਮੈਂ ਕੁੱਝ ਨਹੀਂ ਦੇਣਾ, ਪ੍ਰਸ਼ਾਂਤ ਕਿਸ਼ੋਰ ਆ ਸਾਡੇ ਨਾਲ। ਹਰ ਕੋਈ ਕਹਿੰਦਾ ਅਸੀਂ ਜਿੱਤਣਾ ਤੁਹਾਡੀਆਂ ਵੋਟਾਂ ਨਾਲ ਪਹਿਲਾਂ ਵਾਂਗਰ ਲੋਕਾਂ ਬਿਕਣਾ ਬੋਤਲਾਂ ਨਾਲ ਤੇ ਨੋਟਾਂ ਨਾਲ ਲੋਕੀ ਸਭ ਕੁਝ ਭੁੱਲ ਜਾਂਦੇ ਆ, ਨਾਰਿਆਂ ਉੱਤੇ ਡੁੱਲ ਜਾਂਦੇ ਆ, ਹਰ ਵਾਰੇ ਏਦਾਂ ਹੀ ਕਰਦੇ ਫਿਰ 5 ਸਾਲ ਲਈ ਰੁਲ ਜਾਂਦੇ ਆ। ਇਹ ਤੁਸੀਂ ਉੱਪਰ ਦੀ ਗੱਲ ਕਹਿੰਦਾ, ਇੱਕ ਟੋਡਾ ਜੇ ਥੱਲੇ ਉਤਰੋ, ਇੱਕ ਟੋਡਾ ਜੇ ਥੱਲੇ ਉਤਰੋ ਉੱਥੇ ਦਿਖਦਾ ਹੋਰ ਹੀ ਤੂਫਾਨ, ਖਹਿਰਾ ਕਹਿੰਦੇ ਉੱਧਰ ਚਲਾ ਗਿਆ ਸਿੱਧੂ ਤੇ ਭਗਵੰਤ ਮਾਨ, ਕੋਈ ਕਹੇ ਮੈਨੂੰ ਉਹ ਬਣਾ ਦਿਓ, ਕੋਈ ਕਹਿੰਦਾ ਮੈਂ ਉਹ ਬਣਨਾ ਆ, ਤੁਹਾਡੀ ਖਾਤਰ ਲੜਦੇ ਰਹੇ ਆ ਤੇ ਤੁਹਾਡੀ ਖਾਤਰ ਗਾਂਹ ਲਾਉਣਾ ਆ, ਉੱਪਰ ਵਾਲਿਆਂ ਜੋ ਕਹਿਣਾ ਆ ਥੱਲੇ ਵਾਲਿਆਂ ਉਹੀ ਕਰਨਾ ਆ, ਹੁਣ ਮੌਕਾ ਆ ਤੁਹਾਡੇ ਕੋਲ, ਲੋਕੋ ਥੋੜਾ ਹੁਣ ਮੌਕਾ ਤੁਹਾਡੇ ਕੋਲ, ਲੋਕੋ ਥੋੜਾ ਜਿਹਾ ਰੁਕੋ ਤੇ ਸੋਚੋ ਕਿੰਨਾ ਤੁਹਾਡੇ ਲਈ, ਕਿਹਨੇ ਤੁਹਾਡੇ ਲਈ ਆਵਾਜ਼ ਉਠਾਈ, ਕਿਹਨੇ ਤੁਹਾਡੀ ਆਵਾਜ਼ ਦਬਾਈ, ਕਿਹਨੇ ਤੁਹਾਨੂੰ ਗੁੰਮਰਾਹ ਕੀਤਾ ਤੇ ਕਿਹਨੇ ਸੁਧਾਰਾ ਦਿੱਤਾ ਆ। ਹੀਰਿਆਂ ਨੂੰ ਤੁਸੀਂ ਭੁੱਲ ਨਾ ਜਾਇਓ, ਮੁਫ਼ਤ ਖੋਈ ਤੇ ਡੁੱਲ ਨਾ ਜਾਇਓ, ਆਉਣ ਵਾਲਾ ਜੋ ਸਮਾਂ ਖਰਾਬ, ਪਾਣੀ ਬਿਨਕਰ ਮੈਂ ਬਚੂ ਪੰਜਾਬ, ਐਜੂਕੇਸ਼ਨ ਵੀ ਚਾਹੀਦੀ ਤੇ ਮਰੀਜ਼ਾਂ ਦੇ ਲਈ ਹਸਪਤਾਲ, ਬੱਚੇ ਤੁਹਾਡੇ ਕਿੰਝ ਪੜ੍ਹਨਗੇ, ਪੜ੍ਹ ਵੀ ਗਏ ਤੇ ਕੀ ਕਰਨਗੇ, ਕਿੱਥੇ ਉਹਨਾਂ ਨੂੰ ਜੌਬ ਮਿਲੂਗੀ, ਆਪਣੇ ਘਰ ਕਿੰਝ ਮੌਜ ਮਿਲੂਗੀ ਜੀ। ਤੇ ਜੇ ਉਹ ਕਹਿਣਗੇ ਤੇ ਗਾਉਣ ਵਾਲੇ ਬੰਦ ਲਾ, ਕਹਿੰਦਾ ਗਾਉਣ ਵਾਲੇ ਤਾਂ ਪਹਿਲਾਂ ਹੀ ਬਹੁਤ ਸਾਰਿਆਂ ਨੂੰ ਨਹੀਂ ਸੁਣਦੇ ਲੋਕ, ਸਾਰੇ ਕਿੱਦਾਂ ਬਾਹਰ ਆਉਣਗੇ, ਕਿੱਦਾਂ ਬਾਰਡਰ ਪਾਰ ਆਉਣਗੇ, ਹੁਣ ਆਇਆ ਤੁਹਾਡੇ ਕੋਲ ਮੌਕਾ, ਧੋਖੇਬਾਜ਼ਾਂ ਨੂੰ ਦੇਵੋ ਧੋਖਾ, ਇਮਾਨਦਾਰਾਂ ਨੂੰ ਤੁਸੀਂ ਜਿਤਾਵੋ, ਚੰਗੇ ਬੰਦਿਆਂ ਨੂੰ ਵੋਟਾਂ ਪਾਵੋ, ਹੋਠੀ ਕਹਿੰਦਾ ਸਾਰੇ ਜਾਣੇ ਰਲ ਮਿਲ ਕੇ ਪੰਜਾਬ ਬਚਾਵੋ, ਸਾਰੇ ਜਾਣੇ ਰਲ ਮਿਲ ਕੇ ਪੰਜਾਬ ਬਚਾਵੋ। ਵੈਰੀ ਗੁੱਡ। ਅੱਛਾ, ਇਹੀ ਗੱਲ ਮੈਂ ਦਵਿੰਦਰ ਕਰਦਾ ਸੀ ਪਹਿਲਾਂ ਕਿ ਉਹ ਸੁਖਬੀਰ ਬਾਦਲ ਸਾਹਿਬ ਕਹਿੰਦੇ ਨੇ ਵੀ 2 ਡਿਪਟੀ ਸੀ ਐਮ ਬਣਨੇ, ਪਹਿਲਾਂ ਤਾਂ ਉਹਨਾਂ ਨੇ ਕਹਿ ਬੈਠੇ ਵੀ 3 ਸੀ ਐਮ ਹੋਣਗੇ ਪੰਜਾਬ ਦੇ,
ਅੱਛਾ ਤੇ ਫਿਰ ਉਹ ਕਹਿੰਦੇ ਦੋ ਡਿਪਟੀ ਸੀਐਮ ਜਿੰਨੇ ਮਰਜ਼ੀ ਹਾਂ ਦੋ ਡਿਪਟੀ ਸੀਐਮ ਹੋਣਗੇ ਤੇ ਇੱਕ ਦਲਿਤ ਤੇ ਇੱਕ ਹਿੰਦੂ ਤੇ ਇਹ ਕੇਜਰੀਵਾਲ ਸਾਹਿਬ ਕਹਿੰਦੇ ਵੀ ਸਿੱਖ ਚਿਹਰਾ ਮੁੱਖ ਮੰਤਰੀ ਹੋਏਗਾ ਇਧਰੋਂ ਨਵਜੋਤ ਸਿੱਧੂ ਸਾਹਿਬ ਆ ਕੇ ਪ੍ਰਧਾਨਗੀ ਮਿਲ ਗਈ ਮਤਲਬ ਇਹ ਵੀ ਸਾਰੇ ਕਾਸੇ 'ਚ ਪੰਜਾਬ ਕਿੱਥੇ ਖੜ੍ਹਾ ਹੈ ਦੋ ਮੁੱਖ ਮੰਤਰੀ ਬਣਾਉਣ ਨਾਲ ਤਿੰਨ ਉਪ ਮੁੱਖ ਮੰਤਰੀ ਬਣਾਉਣ ਨਾਲ ਪੰਜਾਬ ਦਾ ਕੀ ਫਾਇਦਾ ਉਹ ਦੱਸੋ ਨਾ ਦੇਖੋ ਮੈਂ ਇਹ ਗੱਲ ਕਹਿੰਦਾ ਹੁੰਦਾ ਭਾਜੀ ਇੱਕ ਹੋਰ ਵੀ ਇੱਕ ਉੱਥੇ ਫਰੰਟ ਆ ਪਤਾ ਨਹੀਂ ਉਹਦਾ ਕੀ ਨਾਂ ਆ ਉਹਦਾ ਵੀ ਬਿਆਨ ਪਾਉਂਦਾ ਕਹਿੰਦੇ ਪੰਜਾਬ ਦਾ ਮੁੱਖ ਮੰਤਰੀ ਹਿੰਦੂ ਚਾਹੀਦਾ ਦੇਖੋ ਮੈਂ ਇਹ ਗੱਲ ਕਹਿੰਦਾ ਭਾਜੀ ਹਿੰਦੂ ਹਿੰਦੂ ਹਿੰਦੂਆਂ ਤੋਂ ਕੋਈ ਪ੍ਰੋਬਲਮ ਥੋੜ੍ਹੀ ਆ ਕੋਈ ਚੰਗਾ ਹਿੰਦੂ ਕੰਮ ਕਰਨ ਵਾਲਾ ਹਿੰਦੂ ਲੈ ਕੋਈ ਵੀ ਬਣ ਸਕਦਾ ਹਾਂ ਜਿਹੜੇ ਹੁਣ ਬੈਠੇ ਹੋ ਦੇਖੋ ਜੀ ਪੰਜਾਬ ਦੇ ਪੰਜਾਬ ਦੇ ਵਿੱਚ ਬਹੁਤ ਗਿਣਤੀ ਚਲੋ ਸਿੱਖਾਂ ਦੀ ਆ ਹਿੰਦੂ ਮੁਸਲਮਾਨਾਂ ਦੀ ਬਹੁਤ ਵੱਡੀ ਗਿਣਤੀ ਹੈ ਹਿੰਦੂ ਤਾਂ ਹੈ ਹੀ ਹੈ ਹਿੰਦੂ ਤਾਂ ਹਿੰਦੂ ਸਿੱਖ ਤੋਂ ਕੋਈ ਫਰਕ ਹੀ ਨਹੀਂ ਸਾਡੇ ਸਾਡੇ ਕੰਮ ਕਰਨ ਵਾਲਾ ਬੰਦਾ ਚਾਹੀਦਾ ਕੰਮ ਕਰਕੇ ਦਿਖਾਵੇ ਜਿਹੜਾ ਮਰਜ਼ੀ ਆਵੇ ਮਾੜਾ ਜਿਹਨੇ ਕੰਮ ਨਹੀਂ ਕਰਨਾ ਉਹ ਨਹੀਂ ਨਹੀਂ ਮੁਸਲਮਾਨ ਉਹ ਕੁੜੀ ਹੋਵੇ ਉੱਥੋਂ ਮਾੜਾ ਹੋਰ ਰੱਖੋ ਮਾੜਾ ਹੋਰ ਰੱਖੋ ਅੱਛਾ ਗੱਲ ਭਖੀ ਹੈ ਤੇ ਮੈਂ ਦੱਸ ਦਵਾਂ ਵੀ ਹਿੰਦੂ ਸਿੱਖ ਆਪਾਂ ਸਮਝਦੇ ਕਿਹਨੂੰ ਜੇ ਤਾਂ ਨਾਂ ਨਾਲ ਸਮਝਦੇ ਫਲਾਣੇ ਮਗਰ ਸ਼ਰਮਾ ਲੱਗਿਆ ਤੇ ਵਰਮਾ ਲੱਗਿਆ ਉਹ ਹਿੰਦੂ ਆ ਤੇ ਫਲਾਣੇ ਮਗਰ ਸਿੰਘ ਲੱਗਿਆ ਤੇ ਉਹ ਸਿੱਖ ਆ ਹੁਣ ਸਾਡੇ ਅੱਧੇ ਪਰਿਵਾਰ ਦੇ ਨਾਂ ਮੇਰੇ ਸਕੇ ਭਰਾ ਦੇ ਨਾਂ ਕੁਮਾਰ ਹੈ ਸੌਰਵ ਕੁਮਾਰ ਉਹ ਇਹ ਇਹ ਲੀਡਰਾਂ ਨੇ ਇਹੋ ਜਿਹਾ ਇੱਕ ਪਾੜਾ ਪਾਇਆ ਪਹਿਲਾਂ ਪਾਕਿਸਤਾਨ ਭਾਰਤ ਦਾ ਹੁਣ ਆ ਹਿੰਦੂ ਸਿੱਖਾਂ ਦਾ ਉਹ ਹਿੰਦੂ ਬਣੂ ਉਹ ਮੁਸਲਮਾਨ ਬਣੂ ਉਹ ਸਿੱਖ ਬਣੂ ਵੀ ਤੁਸੀਂ ਬੰਦਾ ਨਾ ਕੋਈ ਬਣਾਇਓ ਦੋਨਾਂ ਪਾਸਿਆਂ ਦੇ ਬੰਦਾ ਨਾ ਇਨਸਾਨ ਨਾ ਕੋਈ ਬਣਾਇਓ ਵਿੱਚ ਉਹਨਾਂ ਨੇ ਬੰਦੇ ਰੱਖੇ ਆ ਜਿਹਨਾਂ ਨੂੰ ਵੋਟਾਂ ਦੇ ਲਾਗੇ ਲਾਗੇ ਐਕਟਿਵ ਕਰ ਦਿੰਦੇ ਵੀ ਤੁਸੀਂ ਏਡਾ ਏਡਾ ਦੇ ਬਿਆਨ ਦੇਣੇ ਆ ਹਾਂ ਆ ਪੰਗਾ ਪਾਉਣ ਵਾਲੇ ਬਿਆਨ ਦੇਣੇ ਆ ਇਹੋ ਜਿਹਾ ਕੋਈ ਹਿੰਦੂ ਆ ਜਾਵੇ ਮੈਂ ਕਹਿੰਦਾ ਕੋਈ ਇਹੋ ਜਿਹਾ ਹਿੰਦੂ ਆ ਜਾਵੇ ਆ ਕੇ ਬੱਤੀ ਦਾ ਗੰਦ ਮੁਕਾਵੇ ਐਜੂਕੇਸ਼ਨ ਦਾ ਮੁਕਾਵੇ ਹਸਪਤਾਲ ਦਾ ਮੁਕਾਵੇ ਲੈ ਉਹ ਜੀ ਫੜ ਕੇ ਪਰ ਜੇ ਕਹਿੰਦਾ ਕੋਈ ਉਦਾਂ ਦਾ ਲੈ ਹਿੰਦੂ ਲੈ ਕੇ ਫੱਪ ਫੰਡ ਵਾਲਾ ਉਹਦੇ ਨਾਲ ਜਿਹੜੇ ਹੁਣ ਬੈਠੇ ਮਾੜੇ ਆ ਯੂਪੀ ਵਾਲਾ ਉਹੀ ਕਹਿੰਦਾ ਵੀ ਕੰਮ ਕਰਨ ਵਾਲਾ ਬੰਦਾ ਆ ਜਾਵੇ ਕੋਈ ਵੀ ਕੰਮ ਕਰਨ ਵਾਲਾ ਆਵੇ ਕੰਮ ਕਰਦਾ ਪੰਜਾਬ ਦੀ ਗੱਲ ਕਰਨ ਇਹ ਪਤਾ ਨਹੀਂ ਕਿਉਂ ਚਲੋ ਖੈਰ ਦਵਿੰਦਰ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਭਾਜੀ ਬਹੁਤ ਮਿਹਰਬਾਨੀ ਗੱਲ ਕਰਨ ਵਾਸਤੇ ਅਤੇ ਕਾਲਾਂ ਦਾ ਸਿਲਸਿਲਾ ਤਾਂ ਕਾਲਾਂ ਸ਼ੁਰੂ ਹੋ ਗਈਆਂ ਮੈਂ ਸੋਚਦਾ ਹੁਣ ਬ੍ਰੇਕ ਤੋਂ ਬਾਅਦ ਹੀ ਆਪਾਂ ਕਾਲਾਂ ਸ਼ੁਰੂ ਕਰਦੇ ਹਾਂ 3-4 ਕਾਲਾਂ ਡਰੋਪ ਵੀ ਹੋ ਗਈਆਂ ਨੇ ਸ਼ਾਇਦ ਹੋਲਡ ਜ਼ਿਆਦਾ ਦੇਰ ਕਰਨ ਕਰਕੇ ਸੋ ਮੈਂ ਬੇਨਤੀ ਕਰਦਾ ਜੀ ਸਾਡੇ ਦਰਸ਼ਕਾਂ ਨੂੰ ਹੁਣ ਕਾਲ ਤੁਸੀਂ ਕਰ ਲਓ ਅਤੇ 2-3 ਮਿੰਟ ਦੀ ਬ੍ਰੇਕ ਹੈਗੀ ਆ ਬ੍ਰੇਕ ਤੋਂ ਬਾਅਦ ਫਿਰ ਆਪਾਂ ਕਾਲਾਂ ਲੈ ਸ਼ੁਰੂ ਕਰਨੀਆਂ ਅਤੇ ਕਾਲਾਂ ਹੀ ਲੈਣੀਆਂ ਅਖੀਰ ਤੱਕ ਵਿਸ਼ਾ ਅੱਜ ਵਧੀਆ ਹੈ ਕਾਫੀ ਗਰਮ ਮਾਹੌਲ ਹੈ ਸੋ ਮੈਨੂੰ ਉਮੀਦ ਹੈ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਆਪੋ ਆਪਣਾ ਹਿੱਸਾ ਪਾਉਣਾ ਚਾਹੀਦਾ ਆਪੋ ਆਪਣੇ ਵਿਚਾਰ ਜਿਹੜੇ ਉਹ ਰੱਖਣੇ ਚਾਹੀਦੇ ਨੇ ਕਿਉਂਕਿ ਗੱਲ ਪੰਜਾਬ ਦੀ ਹੈ ਪੰਜਾਬ ਬਾਰੇ ਕਿਉਂ ਨਹੀਂ ਕੋਈ ਸੋਚਦੇ ਸਿਰਫ ਇਹੀ ਸੋਚਦੇ ਨੇ ਵੀ ਇਹਨੂੰ ਬਣਾ ਕੇ ਤਾਂ ਮੈਂ ਇੰਨੀਆਂ ਵੋਟਾਂ ਮੈਨੂੰ ਮਿਲ ਜਾਣਗੀਆਂ ਜੇ ਮੈਂ ਇਹਨੂੰ ਉਪ ਮੁੱਖ ਮੰਤਰੀ ਬਣਾ ਦੂੰਗਾ ਤਾਂ ਉਹਦੇ ਨਾਲ ਮੇਰੀ ਇੰਨੇ ਪਰਸੈਂਟ ਵੋਟ ਦੇ ਵਿੱਚ ਵਾਧਾ ਹੋ ਜਾਣਾ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਤੋਂ ਉੱਪਰ ਅਸੀਂ ਕਿਵੇਂ ਉੱਠ ਸਕਦੇ ਹਾਂ ਕੀ ਹੋਣਾ ਚਾਹੀਦਾ 2022 ਦੀਆਂ ਵੋਟਾਂ ਵਿੱਚ ਇਹ ਅਸੀਂ ਤੁਹਾਡੇ ਅੱਗੇ ਸਵਾਲ ਰੱਖਿਆ ਬ੍ਰੇਕ ਤੋਂ ਬਾਅਦ ਤੁਹਾਡੀਆਂ ਕਾਲਾਂ ਲਵਾਂਗੇ ਫਿਲਹਾਲ ਦੇਖਦੇ ਰਹੋ ਜਸ ਪੰਜਾਬੀ ਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ ਅਤੇ ਤੁਹਾਡੇ ਵਿਚਾਰ ਜਾਣਦੇ ਹਾਂ ਗੱਲ ਮੁੱਕਦੀ ਇਹੀ ਹੈ ਇਹ ਪਹਿਲਾਂ ਵੀ ਅਸੀਂ ਜ਼ਿਕਰ ਕੀਤਾ ਸੀ ਅੱਜ ਫਿਰ ਕਰ ਰਹੇ ਹਾਂ ਕਿਉਂਕਿ ਗੱਲ ਪੰਜਾਬ ਦੀ ਹੈ ਪੰਜਾਬੀਆਂ ਦੀ ਹੈ ਸਾਡੀ ਆਪਣੀ ਗੱਲ ਹੈਗੀ ਆ ਬੇਸ਼ੱਕ ਅਸੀਂ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਹਾਂ ਸੋ ਨਵਜੋਤ ਸਿੱਧੂ ਪ੍ਰਧਾਨ ਬਣ ਗਏ ਕਾਂਗਰਸ ਦੇ ਅਤੇ ਬਾਕੀ ਹੋਰ ਕੀ ਲੱਗਦਾ ਤੁਹਾਨੂੰ ਕੀ ਵਿਚਾਰ ਨੇ ਕੀ ਹੋਣਾ ਚਾਹੀਦਾ ਕੀ 2022 ਦੇ ਵਿੱਚ ਪੰਜਾਬ ਵਾਸਤੇ ਭਲਾ ਹੋ ਸਕਦਾ ਹੈ ਇਹ ਕਾਲਾਂ ਆਪਾਂ ਤੁਹਾਡੀਆਂ ਲੈਂਦੇ ਹਾਂ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ ਸਤਿੰਦਰ ਸਾਹਿਬ ਜੋਗੀ ਸਾਹਿਬ ਹਰ ਇੱਕ ਆਦਮੀ ਦੀ ਸੋਚ ਅਲੱਗ ਅਲੱਗ ਹੈ ਇਸ ਵਿਸ਼ੇ 'ਤੇ ਔਰ ਹਰ ਇੱਕ ਦੇ ਸੋਚ ਦੇ ਮੁਤਾਬਕ ਅਗਲਾ ਬੋਲਦਾ ਹੈ ਕਿਸੇ ਨੂੰ ਕੋਈ ਗੁੱਸਾ ਕਰਨ ਦੀ ਲੋੜ ਨਹੀਂ ਜੀ ਬਿਲਕੁਲ ਨਹੀਂ ਗੁੱਸਾ ਕੋਈ ਨਹੀਂ ਕਰੇਗਾ ਜੀ ਆਪਾਂ ਤਾਂ ਵਿਚਾਰ ਨੇ ਆਪਾਂ ਤਾਂ ਪੰਜਾਬ ਦੀ ਗੱਲ ਕਰ ਰਹੇ ਪੰਜਾਬ ਦੇ ਹਾਂਜੀ ਵਿਚਾਰ ਕਰਨਾ ਜੀ ਸੋ ਮੇਰੇ ਹਿਸਾਬ ਨਾਲ ਜਿਹੜੀ ਆਮ ਆਦਮੀ ਪਾਰਟੀ ਹੈ ਜਿੱਤ ਸਕਦੀ ਸੀ ਪਰ ਜਿਹੜੇ ਭਗਵੰਤ ਮਾਨ ਜੀ ਇਹਨਾਂ ਨੇ ਬਹੁਤ ਗਲਤ ਰੋਲ ਅਦਾ ਕੀਤੇ ਇਹਨਾਂ ਨੂੰ ਇਹ ਡਰ ਸੀ ਗੁਰਪ੍ਰੀਤ ਘੁੱਗੀ ਵਰਗੇ ਖਹਿਰਾ ਸਾਹਿਬ ਵਰਗੇ ਕਮਰ ਸੰਧੂ ਵਰਗੇ ਦੂਰ ਕਰ ਦਿੱਤੇ ਇਹ ਭਗਵੰਤ ਮਾਨ ਜੀ ਦੀ ਦੇਣ ਆ ਤੇ ਜੇ ਇਹਨਾਂ ਨੇ ਫਿਰ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਹੁਣ ਕੇਜਰੀਵਾਲ ਨੂੰ ਬਹੁਤ ਪੰਜਾਬ ਬਾਰੇ ਨਹੀਂ ਪਤਾ ਪਰ ਗਾਈਡ ਤਾਂ ਭਗਵੰਤ ਮਾਨ ਨੇ ਜ਼ਿਆਦਾ ਕਰਨਾ ਸੀ ਉਹੀ ਮੁੱਖ ਮੈਨੂੰ ਸੰਦਰ ਸਾਹਿਬ ਇੰਨਾ ਇਹ ਲੱਗਿਆ ਜਿੰਨਾ ਕੁ ਮੈਂ ਵਿਚ ਰਿਹਾ ਬਹੁਤ ਜ਼ਿਆਦਾ ਅਸੀਂ ਇਕੱਠੇ ਵਿਚਰੇ ਹਾਂ ਓਵਰ ਕੌਨਫੀਡੈਂਸ 'ਚ ਆ ਗਏ ਇਹ ਕਿ ਅਸੀਂ ਕੁਛ ਵੀ ਨਾ ਕਰੀਏ ਤੇ ਸਾਨੂੰ 100 ਤੋਂ ਉੱਪਰ ਸੀਟਾਂ ਆ ਜਾਣੀਆਂ ਆ ਗਏ ਪਰ ਚਲੋ ਛੱਡੋ ਪਿਛਲੀ ਪਰ ਹੁਣ ਵੀ ਤਾਂ ਇਹ ਨਹੀਂ ਦੇਖੋ ਕੰਵਰ ਸੰਧੂ ਇੰਨੇ ਲਾਇਕ ਆਦਮੀ ਆ ਉਹਨਾਂ ਨੂੰ ਇਹ ਨਹੀਂ ਮਨਾਇਆ ਹੀ ਨਹੀਂ
ਗਾਂਧੀ ਸਾਹਿਬ ਨੂੰ ਨਹੀਂ ਮਨਾਇਆ, ਹਾਰ ਕੇ ਉਹ ਵੀ ਕਾਂਗਰਸ ਤੇ ਚਲੇ ਗਿਆ। ਇਹਨਾਂ ਨੇ ਕੋਈ ਐਫਰਟ ਹੀ ਨਹੀਂ ਕੀਤੀ, ਇਹਨੂੰ ਡਰ ਆ ਭਗਵੰਤ ਮਾਨ ਨੂੰ ਵੀ ਜੇ ਇਹ ਆ ਗਿਆ ਤਾਂ ਮੇਰਾ ਪੱਤਾ ਕੱਟ ਹੋ ਜਾਣਾ, ਇਹ ਲਾਲਚੀ ਆ। ਤੇ ਕੀ ਲੱਗਦਾ ਜੀ, ਸਵਾਲ ਉਠਾਉਂਦਾ ਆ, ਮੰਨਦੇ ਆ ਸਭ ਕੁਛ, ਪਰ ਇੱਥੇ ਇਹਨੂੰ ਮੁੱਖ ਮੰਤਰੀ ਦਾ ਜਿਹੜਾ ਇਹਦੇ ਚ ਕੀੜਾ ਬਣਿਆ ਨਾ ਲਾਲਚ ਦਾ, ਉਹ ਛੱਡ ਦਿੰਦਾ ਤਾਂ ਇਹਦੀ ਪਾਰਟੀ ਜ਼ਰੂਰ ਜਿੱਤ ਜਾਂਦੀ ਹੈ। ਕੀ ਲੱਗਦਾ ਹੈ ਵੈਸੇ ਸੰਦਰ ਸਾਹਿਬ, ਤੁਹਾਨੂੰ ਲੋਕ ਵਿਸ਼ਵਾਸ ਕਰ ਸਕਦੇ ਭਗਵੰਤ ਮਾਨ ਤੇ? ਭਗਵੰਤ ਮਾਨ ਤੇ ਤਾਂ ਵਿਸ਼ਵਾਸ ਕਰਦੇ ਆ, ਪਰ ਉਹਦੇ ਨਾਲ ਹੁਣ ਇਹਨੇ ਖਿਲਾੜੀ ਲੈ ਲੈ, ਉਹ ਗਾਉਣ ਵਾਲੀ, ਉਹ ਗਗਨ ਮਾਨ ਨੂੰ ਪਤਾ ਨੇ ਵੀ ਸੰਵਿਧਾਨ ਕੀ ਆ, ਉਹਦੇ ਬਰਾਦੇ ਬਾਰੇ ਗਲਤ ਬੋਲ ਗਈ, ਸੋ ਉਹਨਾਂ ਨੂੰ ਇੰਨੀ ਨੌਲੇਜ ਥੋੜੀ ਆ, ਉਹ ਤਾਂ ਸੈਲੀਬ੍ਰਿਟੀ ਆ। ਨਵਜੋਤ ਸਿੱਧੂ ਦਾ ਕੀ ਪ੍ਰਭਾਵ ਪੈ ਸਕਦਾ ਕਾਂਗਰਸ ਦੇ ਵਿੱਚ ਆਉਣ ਨਾਲ? ਬਾਕੀ ਮੈਂ ਹੌਲੀ ਹੌਲੀ ਥੋੜਾ ਥੋੜਾ ਸਾਰੀਆਂ ਪਾਰਟੀਆਂ ਨੂੰ ਦੱਸਦਾ। ਬਾਕੀ ਕੈਪਟਨ ਸਾਹਿਬ ਨੂੰ ਤਾਂ ਹੁਣ ਬਥੇਰਾ ਪੈਸਾ ਕਮਾ ਲਿਆ, ਧਨ ਕਮਾ ਲਿਆ, ਇੰਨੀ ਦੌਲਤ ਬਣਾ ਲਈ, ਹੁਣ ਤਾਂ ਉਹਨੂੰ ਜੇ ਇੱਕ ਲਫ਼ਜ਼ ਕਹਿ ਦੇਣਾ ਵੀ ਹੁਣ ਸਿੱਧੂ ਸਾਹਿਬ ਜਾਂ ਕੋਈ ਵੀ ਸਾਂਭ ਲਓ ਮੈਂ ਚੱਲਿਆ ਵੀ ਮੈਂ ਨੀ ਹੁਣ ਮੁੱਖ ਮੰਤਰੀ ਬਣਨਾ, ਨਹੀਂ ਨਹੀਂ, ਉਹਨਾਂ ਨੂੰ ਸਾਰੀ ਜ਼ਿੰਦਗੀ ਲੋਕ ਯਾਦ ਕਰਨਗੇ। ਇਹ ਕਹਿ ਦੇਣ ਕਿ ਚੋਣਾਂ ਆਪ ਲੜਾਉਣ ਆਪਣੀ ਦੇਖ ਰਹੇ ਗੇਟ, ਚੋਣਾਂ ਆਪ ਲੜਾਉਣ, ਮੁੱਖ ਮੰਤਰੀ ਕਿਸੇ ਮਤਲਬ, ਬਲਕਿ ਮੁੱਖ ਮੰਤਰੀ ਤੋਂ ਉੱਪਰ ਜਾਣ, ਔਰ ਕੈਪਟਨ ਸਾਹਿਬ ਵਾਸਤੇ ਤਾਂ ਹੋਰ ਰਸਤੇ ਬਹੁਤ ਨੇ। ਕੈਪਟਨ ਸਾਹਿਬ ਨੂੰ ਤਾਂ ਕਿਤੇ ਉਹਨਾਂ ਵੀ ਰਾਜਪਾਲ ਬਣਾ ਲੈਣਗੇ, ਕੈਪਟਨ ਸਾਹਿਬ ਨੂੰ ਸੰਸਦ ਉੱਥੋਂ ਰਾਜ ਸਭਾ ਦਾ ਮੈਂਬਰ ਬਣਾਉਣਗੇ, ਪੰਜਾਬ ਵਾਸਤੇ ਕੋਈ ਰਸਤਾ ਨਹੀਂ ਨਾ ਹੋਰ ਹੈਗਾ। ਪੰਜਾਬ ਉਹਨਾਂ ਨੂੰ ਚਾਹੀਦਾ ਵੀ ਮੁੱਖ ਮੰਤਰੀ ਤੋਂ ਹੁਣ ਤੋਬਾ ਕਰਨ, ਤਾਂ ਸਗੋਂ ਕਹਿਣ ਵੀ ਮੈਂ ਤੁਹਾਡਾ ਸਾਥ ਦਿਆਂਗਾ ਪਿਛਲੇ, ਤੇ ਤੁਸੀਂ ਕੋਈ ਹੁਣ ਮੁੱਖ ਮੰਤਰੀ ਆਪਣਾ ਬਣਾਓ, ਮੈਂ ਬੁੱਢਾ ਹੋ ਗਿਆ ਵੀ ਹੁਣ ਸੇਵਾ ਨਹੀਂ। ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਸੰਦਰ ਸਾਹਿਬ ਉਹਨਾਂ ਨੇ ਇਹੀ ਕਿਹਾ ਸੀ, ਮੇਰੀਆਂ ਆਖਰੀ ਇਲੈਕਸ਼ਨਾਂ ਭਾਈ ਐਤਕੀ ਮੁੱਖ ਮੰਤਰੀ ਬਣਾ ਦਿਓ, ਤੇ ਪਿਛਲੀ ਵਾਰ ਬਾਦਲ ਸਾਹਿਬ ਨੇ ਵੀ ਇਹੀ ਕਿਹਾ ਸੀ, ਮੇਰੀਆਂ ਆਖਰੀ ਇਲੈਕਸ਼ਨਾਂ ਤੇ ਐਤਕੀ ਮੁੱਖ ਮੰਤਰੀ ਬਣਾ ਦਿਓ। ਹਾਂ ਕਹਿੰਦੇ ਆ ਨਾ, ਪਰ ਕਰਦੇ ਨੇ ਨਾ, ਚੱਕਰ ਆ ਹੁਣ ਸਿੱਧੂ ਸਾਹਿਬ ਜੇ ਬਣ ਵੀ ਗਏ ਤਾਂ ਹੁਣ ਸਿੱਧੂ ਸਾਹਿਬ ਨਾਲ ਦੋ ਨਹੀਂ ਹੋਰ ਲਾਤੇ ਨਾਲ ਡਿਪਟੀ, ਉਹ ਤਾਂ ਹਿੰਦੂ ਵੋਟ ਤੇ ਦਲਿਤ ਵੋਟਾਂ ਨੂੰ ਖਿੱਚਣ ਲਈ ਹਰੇਕ ਪਾਰਟੀ ਬਣਾਏਗੀ, ਤਾਂ ਫਿਰ ਉਹ ਤਾਂ ਵੋਟਾਂ ਵੰਡੀਆਂ ਜਾਣੀ। ਗੱਲ ਜਿਹੜੀ ਆਪਾਂ ਕਰ ਰਹੇ ਸੀਗੇ ਜੀ ਪੰਜਾਬ ਦੇ ਭਲੇ ਦੀ, ਵੀ ਮੰਨ ਲਓ ਸੀਐਮ ਫਿਰ ਕੈਪਟਨ ਬਣ ਜਾਂਦਾ, ਸਿੱਧੂ ਪ੍ਰਧਾਨ ਬਣ ਜਾਂਦਾ, ਪ੍ਰਧਾਨ ਰਹਿ ਕੇ ਉਹ ਪੰਜਾਬ ਦਾ ਕੀ ਭਲਾ ਕਰ ਸਕਦਾ? ਕੁਛ ਵੀ ਨਹੀਂ ਭਲਾ ਕਰ ਸਕਦਾ, ਕਿਉਂਕਿ ਉਹਨੇ ਕੈਪਟਨ ਨੇ ਮੰਨਣੀ ਨਹੀਂ ਨਾ, ਉਹ ਤਾਂ ਬਿਲਕੁਲ ਨਹੀਂ ਮੰਨੇਗਾ, ਤਾਂ ਇਧਰੋਂ ਉਹੀ ਸਿੱਧੂ ਦੇ ਫਿਰ ਟਵੀਟ ਹੋਣਗੇ ਜਾਂ ਸ਼ਰੇਆਮ ਬੋਲਣਾ ਸ਼ੁਰੂ ਕਰ ਦੂਗਾ, ਪਰ ਉਹ ਸਿਰਫ ਸਿਰਫ ਬੈਚ ਹੀ ਆ, ਪ੍ਰਧਾਨਗੀ ਦਾ ਬੈਚ, ਪ੍ਰਧਾਨਗੀ ਦਾ ਤਾਜ, ਉਹਦਾ ਮੁੱਖ ਮੰਤਰੀ ਦਾ ਚਿਹਰਾ ਲਾਲਣਾ ਪਏਗਾ, ਸਿੱਧੂ ਸਾਹਿਬ ਕਰ ਸਕਦੇ ਆ ਨੋ ਡਾਊਟ, ਜਿਹੜੇ ਸਿੱਧੂ ਦੇ ਕੋਈ ਖੜਨਗੇ ਐਮ ਐਲ ਏ ਵਾਸਤੇ, ਉਹਨਾਂ ਨੂੰ ਕੈਪਟਨ ਵਾਲੇ ਹਰਾ ਦੇਣਗੇ, ਜਿਹੜੇ ਕੈਪਟਨ ਵਾਲੇ ਖੜਨਗੇ ਉਹਨਾਂ ਨੂੰ ਸਿੱਧੂ ਵਾਲੇ ਹਰਾਣਗੇ। ਸਿੱਧੂ ਸਾਹਿਬ ਨਾਲ ਕੀ ਫਰਕ ਪਏਗਾ, ਬਾਕੀ ਤਾਂ ਟਾਈਮ ਦੱਸੂਗਾ ਜੀ। ਸਿੱਧੂ ਸਾਹਿਬ ਦੇਖੋ, ਪਤਾ ਉਹਦਾ ਵੀ ਹੁਣ ਲੱਗ ਜਾਏਗਾ, ਜੇ ਤਾਂ ਚੁੱਪ ਕਰ ਗਿਆ, ਬਿਲਕੁਲ ਹੀ ਨਹੀਂ ਬੋਲਿਆ ਮੁੱਦਿਆਂ ਤੇ, ਮਤਲਬ ਉਹ ਵੀ ਕੁਰਸੀ ਦਾ ਭੁੱਖਾ ਸੀ, ਤੇ ਜੇ ਉਹ ਬੋਲਦਾ ਰਿਹਾ ਉਹਦੇ ਵਿਰੁੱਧ ਕੁਛ ਨਾ ਕੁਛ ਕਰਦਾ ਰਿਹਾ, ਫਿਰ ਤਾਂ ਮੰਨ ਜਾਂਗੇ ਵੀ ਸਿੱਧੂ ਸਾਹਿਬ ਕਰਨਾ ਚਾਹੁੰਦਾ ਆ, ਬਿਲਕੁਲ ਸਹੀ ਗੱਲ, ਬਿਲਕੁਲ ਸਹੀ, ਕਲੀਅਰ ਹੋ ਜਾਏਗਾ, ਚਲੋ ਦੇਖਦੇ ਆ ਵੀ ਤੇਲ ਦੇਖੋ, ਤੇਲ ਦੀ ਧਾਰ ਦੇਖੋ, ਬਿਲਕੁਲ ਬਿਲਕੁਲ ਸਹੀ ਗੱਲ, ਬਹੁਤ ਮਿਹਰਬਾਨੀ, ਥੈਂਕ ਯੂ ਜੀ। ਓਕੇ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ, ਸਰਦਾਰ ਗੁਰਮੇਲ ਸਿੰਘ ਜੀ ਧੀਰ ਸਾਹਿਬ। ਬਹੁਤ ਬਹੁਤ ਸਵਾਗਤ ਜੀ। ਜੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਮਾਨਯੋਗ ਸਰਦਾਰ ਅਰਜਨ ਸਿੰਘ ਅੰਜਾਨ ਸਾਹਿਬ ਦਾ ਕੀ ਹਾਲ ਹੈ? ਉਹ ਠੀਕ ਨੇ ਜੀ, ਉਹ ਪਹਿਲਾਂ ਤਾਂ ਵਾਂਢੇ ਗਏ ਹੋਏ ਸੀਗੇ, ਅੱਛਾ ਜੀ, ਤੇ ਹੁਣ ਆ ਗਏ ਸੀਗੇ, ਤੇ ਪਿੱਛੇ ਫਿਰ 2 ਹਫ਼ਤੇ ਹੋ ਗਏ, ਕੱਲ੍ਹ ਫਿਰ ਪ੍ਰੋਗਰਾਮ ਪੇਡ ਸੀਗਾ ਵਕੀਲਾਂ ਦਾ, ਤੇ ਉਹ ਪੇਡ ਐਕਟੀਵਿਟੀ ਜਦੋਂ ਹੁੰਦੀ ਫਿਰ ਉਦੋਂ ਫਿਰ ਸਾਰੇ ਸਾਨੂੰ ਕੰਮ ਛੱਡਣੇ ਪੈਂਦੇ ਥੋੜ੍ਹੇ ਜਿਹੇ, ਤੇ ਮਾੜਾ ਹੋਲਡ ਰੱਖਿਓ, ਉਹਦਾ ਠੀਕ ਨੇ ਜੀ ਬਿਲਕੁਲ। ਅੱਛਾ, ਦੂਜੀ ਗੱਲ ਇਹ ਆ ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਰਾਜੀਵ ਗਾਂਧੀ ਇਹ ਦੇਹਰਾਦੂਨ ਦੇ ਕਾਨਵੈਂਟ ਸਕੂਲ ਵਿੱਚ ਇਕੱਠੇ ਪੜ੍ਹਦੇ ਵੀ ਰਹੇ ਆ ਜੀ, ਬਿਲਕੁਲ ਬਿਲਕੁਲ, ਹਾਂਜੀ, ਤੇ ਇਹ ਹੁਣ ਤੁਸੀਂ ਦੇਖੋ, ਤੁਸੀਂ ਸ਼ਾਇਦ ਲੇਟੈਸਟ ਖ਼ਬਰਾਂ ਨਹੀਂ ਸੁਣੀਆਂ ਜਿਹੜੀਆਂ ਮੈਂ ਥੋੜ੍ਹੀ ਦੇਰ ਪਹਿਲਾਂ ਅੱਧਾ ਘੰਟਾ ਪਹਿਲਾਂ ਸੁਣ ਕੇ ਹਟਿਆ, ਘੰਟਾ ਕੁ ਕਿਹੜੀਆਂ ਜੀ, ਅਪਡੇਟ ਕਰੋ, ਟੀਵੀ ਦੀਆਂ, ਹਾਂਜੀ, NDTV ਦੀਆਂ ਜੀ, ਉਹਨਾਂ ਨੇ ਇਹ ਦੱਸਿਆ ਕਿ ਸ਼ਾਮ ਆਉਂਦੇ ਆਉਂਦੇ ਤੱਕ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹ ਇਹਨਾਂ ਦੀ
ਪ੍ਰਧਾਨ ਬਣਾਉਣ ਦੀ ਖਬਰ ਤੋਂ ਅਜੇ ਬਣਾਇਆ ਨਹੀਂ ਪ੍ਰਧਾਨ ਨਹੀਂ ਪ੍ਰਧਾਨ ਉਹਨਾਂ ਦੀ ਜਿਹੜੀ ਜਿਹੜੀ ਧੀਰ ਸਾਹਿਬ ਉਹਨਾਂ ਦੀ ਆਫੀਸ਼ੀਅਲ ਹੈ ਨਾ ਜੀ ਸਾਈਟ ਕਾਂਗਰਸ ਦੀ ਹਾਂਜੀ ਮੈਂ ਉਹ ਦੇਖੀ ਆ ਜਿਹੜੀ ਉਹਨਾਂ ਦੀ ਆਫੀਸ਼ੀਅਲ ਉਹਨਾਂ ਨੇ ਆਪਣੇ ਉੱਤੇ ਪਾਇਆ ਵਾ ਉਹਦੀ ਕਿਸੇ ਨੇ ਕਾਪੀ ਮੈਨੂੰ ਭੇਜੀ ਸੀ ਉਹ ਦੇਖ ਕੇ ਮੈਂ ਕਿਹਾ ਦੱਸਿਆ ਪਰ ਜਿਹੜੀ ਨਿਊਜ਼ ਆਈ ਆ ਨਾ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹ ਸੰਤੁਸ਼ਟ ਨਹੀਂ ਕਿਉਂਕਿ ਦੇਖੋ ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਤੇ ਜਿਹੜੇ ਆਪਣੇ ਜੇਲ੍ਹ ਮੰਤਰੀ ਇਹ ਬਾਜਵਾ ਨੇ ਬਾਜਵਾ ਸੁਖਜਿੰਦਰ ਸਿੰਘ ਬਾਜਵਾ ਹਾਂਜੀ ਸੁਖਜਿੰਦਰ ਸਿੰਘ ਉਹ ਸੁਖਜਿੰਦਰ ਸਿੰਘ ਬਾਜਵਾ ਦੇ ਘਰ ਚਰਨਜੀਤ ਸਿੰਘ ਚੰਨੀ ਤੇ ਆਪਣੇ ਦੂਸਰੇ ਇੱਕ ਜਿਹੜੇ ਪ੍ਰਗਟ ਸਿੰਘ ਤੇ ਨਵਜੋਤ ਸਿੰਘ ਸਿੱਧੂ ਇਹਨਾਂ ਦੀ ਮੀਟਿੰਗ ਹੋਈ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਅਲੱਗ ਮੀਟਿੰਗ ਕੀਤੀ ਤੇ ਕੈਪਟਨ ਸਾਹਿਬ ਇਹ ਵੀ ਕਹਿ ਬੈਠੇ ਸੀ ਨਾ ਧੀਰ ਸਾਹਿਬ ਇਹ ਵੀ ਕਹਿ ਬੈਠੇ ਸੀ ਵੀ ਸਿੱਧੂ ਵਾਸਤੇ ਸਾਡੇ ਸਾਰੇ ਦਰਵਾਜ਼ੇ ਬੰਦ ਹੈ ਇਹ ਤਾਂ ਜੀ ਬਹੁਤ ਕੁਛ ਕਹਿੰਦੇ ਨੇ ਪਰ ਜਿਹੜੀਆਂ ਖਬਰਾਂ ਆ ਰਹੀਆਂ ਨੇ ਨਾ ਉਹਦੇ ਮੁਤਾਬਕ ਤਾਂ ਇਹੀ ਲੱਗਦਾ ਕਿ ਇਹਨਾਂ ਦੀ ਨਹੀਂ ਬਣਨੀ ਮੈਂ ਪਹਿਲਾਂ ਵੀ ਦੱਸਿਆ ਤੁਹਾਨੂੰ ਇਹਦਾ ਨੁਕਸਾਨ ਸਿੱਧਾ ਸਿੱਧਾ ਪੰਜਾਬ ਨੂੰ ਪੰਜਾਬ ਨੂੰ ਤੇ ਕਾਂਗਰਸ ਨੂੰ ਵੀ ਹੋਏਗਾ ਕਾਂਗਰਸ ਤਾਂ ਹੈ ਹੀ ਹੈ ਪੰਜਾਬ ਨੂੰ ਸਿੱਧਾ ਸਿੱਧਾ ਹਾਂਜੀ ਤੇ ਜੇ ਕਾਂਗਰਸ ਨੂੰ ਨੁਕਸਾਨ ਹੋਇਆ ਫਿਰ ਦਾ ਫਾਇਦਾ ਅਕਾਲੀ ਲੱਗ ਜਾਣਗੇ ਲੱਗਦਾ ਜੀ ਇਹਦਾ ਉਹ ਤਾਂ ਹੈ ਹੀ ਆ ਨਹੀਂ ਤੀਜੀ ਧਿਰ ਵੀ ਇੱਕ ਤੀਜੀ ਇੱਕ ਧਿਰ ਹੋਰ ਵੀ ਹੈਗੀ ਨਾ ਜੀ ਆਪਣਾ ਧੀਰ ਸਾਹਿਬ ਢੀਂਡਸਾ ਸਾਹਿਬ ਜਿਹੜੇ ਨੇ ਕਮਰ ਸੰਧੂ ਜਾਂ ਕਿਸੇ ਹੋਰ ਕਾਬਲ ਨੂੰ ਲੈ ਕੇ ਆਉਣ ਚੀਫ ਮਿਨਿਸਟਰ ਬਣਾਉਣ ਵਾਸਤੇ ਤੇ ਫਿਰ ਆਮ ਆਦਮੀ ਪਾਰਟੀ ਵੀ ਨਵਜੋਤ ਸਿੱਧੂ ਬੜਾ ਵਧੀਆ ਕਰਦਾ ਸੀ ਨਵਜੋਤ ਸਿੱਧੂ ਬਣ ਸਕਦਾ ਸੀ ਚਲੋ ਮਿਹਰਬਾਨੀ ਧੀਰ ਸਾਹਿਬ ਅਜੇ ਵੀ ਕੁਛ ਨਹੀਂ ਪਤਾ ਕਿਉਂਕਿ ਇਹਨਾਂ ਦੀ ਆਪਸ ਵਿੱਚ ਅਮਰਿੰਦਰ ਤੇ ਨਵਜੋਤ ਸਿੱਧੂ ਦੀ ਬਾਣੀ ਨਹੀਂ ਹੁਣ ਤੀਜੀ ਗੱਲ ਇਹ ਦੱਸੋ ਇਹ ਜਿਹੜਾ ਇਹਨੇ ਕਿਹਾ ਸੁਖਬੀਰ ਸਿੰਘ ਬਾਦਲ ਨੇ ਕਿ ਸਾਡੇ ਤਿੰਨ ਡਿਪਟੀ ਮੁੱਖ ਮੰਤਰੀ ਹੋਣਗੇ ਇਹਨਾਂ ਨੂੰ ਇਹ ਪੁੱਛੇ ਵੀ ਤਿੰਨ ਮੁੱਖ ਮੰਤਰੀਆਂ ਦਾ ਭਾਰ ਕਿਹਦੇ ਪੈਣਾ ਪੈਸਿਆਂ ਦਾ ਲੋਕਾਂ ਦੇ ਪੈਣਾ ਹੋਰ ਜੀ ਸਾਰਾ ਧਾਮ ਝਾਮ ਬਿਲਕੁਲ ਬਹੁਤ ਮਿਹਰਬਾਨੀ ਧੀਰ ਸਾਹਿਬ ਓਕੇ ਥੈਂਕ ਯੂ ਸਰ ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ਆਉਂਦੇ ਰਹੋ ਜੀ ਸਤਿ ਸ਼੍ਰੀ ਅਕਾਲ ਜੱਗੀ ਭਾਜੀ ਸ਼ਮਸ਼ੀਰ ਰੰਧਾਵਾ ਉਹ ਆਵਾਜ਼ ਵਰਦਾ ਸਰ ਤੁਹਾਡਾ ਕਈ ਵਾਰੀ ਫੋਨ ਆਇਆ ਤੇ ਕਈ ਵਾਰੀ ਕੱਟਿਆ ਗਿਆ ਵਿੱਚੋਂ ਕੀ ਹਾਲ ਚਾਲ ਹੈ ਸਿਹਤਾਂ ਠੀਕ ਨੇ ਬਹੁਤ ਵਧੀਆ ਵੀਰ ਜੀ ਮੈਂ ਦੋ ਅੱਧਾ ਮਿੰਟ ਲਾਉਂਗਾ ਜ਼ਰੂਰ ਜੀ ਅੱਜ ਸਿੱਧੂ ਸਾਹਿਬ ਨੂੰ ਬਣਾਇਆ ਪ੍ਰਧਾਨ ਜੀ ਸੈਕੰਡ ਸਟੈਪ ਹੋਊਗਾ ਚੀਫ ਮਿਨਿਸਟਰ ਤੇ ਤੀਜਾ ਸਟੈਪ ਹੋਊਗਾ ਉਹਨਾਂ ਨੇ ਪ੍ਰਾਈਮ ਮਿਨਿਸਟਰ ਵਾਲ ਟਰਾਈ ਮਾਰਨੀ ਤੇ ਬਣ ਵੀ ਸਕਦੇ ਥੈਂਕ ਯੂ ਵੀਰ ਜੀ ਉਹ ਵਾਹ ਜੀ ਵਾਹ ਵਾਹ ਜੀ ਵਾਹ ਬੜੀ ਦੂਰ ਦੀ ਹੈ ਵੀ ਮਤਲਬ ਸਿੱਧੂ ਦਾ ਇਹਨੂੰ ਮੁੱਖ ਮੰਤਰੀ ਵੀ ਬਣਾ ਸਕਦੇ ਪਹਿਲਾਂ ਤਾਂ ਫਿਰ ਉਸ ਤੋਂ ਬਾਅਦ 24 ਦੇ ਵਿੱਚ ਇਹ ਉਹਦਾ ਸੀਐਮ ਦਾ ਚਿਹਰਾ ਵੀ ਬਣਾ ਪੀਐਮ ਦਾ ਚਿਹਰਾ ਵੀ ਬਣਾ ਸਕਦੇ ਦੇਖੋ ਜੀ ਤੁਹਾਡੇ ਹਿਸਾਬ ਨਾਲ ਮਤਲਬ ਇਹ ਲੱਗਦਾ ਜੀ ਬਹੁਤ ਮਿਹਰਬਾਨੀ ਜੀ ਵਾਕਿਆ ਹੀ ਪੀਐਮ ਦਾ ਚਿਹਰਾ ਵੀ ਉਹਨਾਂ ਕੋਲ ਕੋਈ ਹੈ ਨਹੀਂ ਹੋ ਸਕਦਾ ਪ੍ਰਸ਼ਾਂਤ ਕਿਸ਼ੋਰ ਨੂੰ ਬਣਾ ਲੈਣ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਹੋ ਉਸਤਾਦ ਸੁੰਦਰ ਸਿੰਘ ਜੀ ਹਾਂਜੀ ਜਗਤਾਰ ਸਿੰਘ ਜੱਗੀ ਕੀ ਹਾਲ ਚਾਲ ਵੀਰੇ ਕਿਰਪਾ ਜੀ ਕਿਰਪਾ ਤੁਸੀਂ ਸੁਣਾਓ ਬਹੁਤ ਮਹਾਰਾਜ ਦੀ ਕਿਰਪਾ ਹੈ ਜੀ ਆ ਜਾਓ ਅਗਲੇ ਸ਼ਨੀਵਾਰ ਆ ਜਾਓ ਸਟੂਡੀਓ ਰੌਣਕ ਮੇਲਾ ਜਦੋਂ ਦੇਖਦੇ ਹਾਂ ਜੀ ਫਿਰ ਆ ਜਾਵਾਂਗੇ ਮਾਰ ਲਿਓ ਗੇੜਾ ਠੀਕ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਜੀ ਕਹਿਣਾ ਇਹ ਚਾਹੁੰਦੇ ਵੀ ਪਾਰਟੀ ਉੱਥੇ ਕੋਈ ਆ ਜਾਵੇ ਉਹ ਲੋਕ ਬਦਲਾ ਲਿਆ ਸਕਦੇ ਪਾਰਟੀਆਂ ਨਾਲ ਨਹੀਂ ਆਉਣਾ ਜੱਗੀ ਵੀਰੇ ਬਿਲਕੁਲ ਬੰਦੇ ਬਦਲਣ ਦਾ ਕੁਛ ਨਹੀਂ ਹੋਣਾ ਲੋਕ ਜਿਹੜੀਆਂ ਚੀਜ਼ਾਂ ਬਦਲਣ ਉੱਥੇ ਕਾਂਗਰਸ ਬਣ ਜਾਵੇ ਅਕਾਲੀ ਬਣ ਜਾਣ ਆਪ ਬਣ ਜਾਵੇ ਲੋਕ ਇਹ ਕਾਰਨ ਜਿੱਦਾਂ ਹੁਣ ਸੁਖਬੀਰ ਸਿੰਘ ਬਾਦਲ ਕਹਿੰਦਾ ਵੀ ਮੈਂ ਆ ਗਿਆ ਤਾਂ ਮੈਂ ਬੱਸਾਂ ਦਾ ਬੰਦਿਆਂ ਦਾ ਵੀ ਕਰੂੰਗਾ ਫ੍ਰੀ ਕਰਾਇਆ ਹੈ ਨਾ ਉਹਨੂੰ ਲੋਕ ਬਿਠਾ ਲੈਣ ਪਿੰਡ 'ਚ ਬੈਠੇ ਬਹਿ ਜਾ ਪੁੱਤ ਤੇਰੀਆਂ ਬੱਸਾਂ ਚੱਲਦੀਆਂ ਹੁਣੇ ਕਰਾਇਆ ਮਾਫ਼ ਕਰ ਹੁਣੇ ਉਹ ਆਪਦੀਆਂ ਤਾਂ ਕਰ ਸਕਦਾ ਨਾ ਸਰਕਾਰੀ ਨਹੀਂ ਤਾਂ ਹਾਂ ਹੁਣ ਮਾਫ਼ ਕਰ ਜਿਹੜਾ ਵੀ ਕਹਿੰਦਾ ਬਿਜਲੀ ਮਾਫ਼ਾ ਨੂੰ ਇੱਥੇ ਬਹਿ ਜਾ ਹੁਣੇ ਅੱਜੇ ਕਰ ਅੱਜ ਕਰ ਤਾਂ ਵੋਟਾਂ ਪਾਵਾਂਗੇ ਨਹੀਂ ਤਾਂ ਜੱਟ ਲੋਕ ਤਾਂ ਨਹੀਂ ਚਾਪਲੂਸੀ ਕਰਦੇ ਹਜੇ ਬਠਿੰਡੇ ਹੁੰਦੇ ਤਾਂ ਲੋਕ ਮੁਕਤਸਰ ਹਾਰ ਲੈ ਕੇ ਖੜੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਨਹੀਂ ਆਉਣਾ ਜੱਗੀ ਵੀਰੇ ਕੋਈ ਬਦਲਾਅ ਨਹੀਂ ਆਉਣਾ ਉੱਥੇ ਆਹੀ ਚੱਲ ਜਾਤਾਂ ਪਾਤਾਂ ਦੀ ਹਿੰਦੂ ਮੁਸਲਮਾਨ ਸਿੱਖਾਂ ਦੀ ਨੀਤੀ ਚੱਲਣੀ ਆ ਉਹ ਲੋਕ ਸਾਡੇ ਤੁਸੀਂ ਆਪਣੇ ਪਿੰਡਾਂ ਦੀ ਯਾਰ ਪਿੰਡਾਂ ਚ ਕਿੰਨੇ ਕਿੰਨੇ ਧੜੇ ਬਣੇ ਹੋ 50 ਧੜੇ ਬਣੇ ਹੋ ਹੈ ਨਾ
ਉਹ ਜਦ ਤਾਈਂ ਲੋਕ ਇਹ ਪਾਰਟੀਆਂ ਦਾ ਬਦਲਾ ਨਹੀਂ ਆਉਣਾ, ਚਾਹੇ ਆਪ ਆ ਜਾਵੇ, ਕਾਂਗਰਸ ਆ ਜਾਵੇ, ਕੋਈ ਪਾਰਟੀ ਆ ਜਾਵੇ, ਜਦ ਤਾਈਂ ਲੋਕ ਇਹਨਾਂ ਨੂੰ ਪਿੰਡਾਂ 'ਚ ਬਿਠਾਲ ਕੇ ਪੁੱਛਦੇ ਨੇ ਵੀ ਆਹ ਵਾਅਦਾ ਕੀਤਾ ਸੀ ਤੇ ਪੂਰਾ ਕਰਨੇ ਤਾਂ ਅੱਜ ਜਾਣ ਨਹੀਂ ਦੇਣਾ ਤੈਨੂੰ ਇੱਥੋਂ ਜੀ। ਜਿੱਦਾਂ ਹੁਣ ਜ਼ਿਮੀਂਦਾਰ ਵੀ ਤੁਸੀਂ ਦੇਖ ਲਓ, ਜਦੋਂ ਵੋਟਾਂ ਪੈਣੀਆਂ ਨਹੀਂ ਉਸੇ ਵੇਲੇ ਆਪਣੀਆਂ ਪਾਰਟੀਆਂ 'ਚ ਵੰਡੇ ਜਾਣਾ ਭਾਵੇਂ ਉਹ ਤਾਂ ਪਾਰਟੀ ਪੱਕਾ 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 ਜੀ। ਆਹ ਜਿਹੜਾ ਫਲਾਨਾ ਕਿਸਾਨ ਗਰੁੱਪ ਹੈ ਇਹ ਹੋ ਗਿਆ ਜੀ, ਇਹ ਤਾਂ ਅਕਾਲੀ ਦਲ ਨਾਲ ਉਹਨਾਂ ਨੇ ਕਰ ਲਿਆ ਅਤੇ ਉਹਨਾਂ ਨੇ ਬੀਜੇਪੀ ਨੇ ਕਰ ਲਿਆ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਕਰਿਆ। ਪਿਛਲੀਆਂ ਛੋਟੀਆਂ ਜਿਹੀਆਂ ਸ਼ਹਿਰੀ ਵੋਟਾਂ ਦੇਖ ਲਓ ਕਿੱਦਾਂ ਬੰਦੇ ਮਰੇ, ਗੋਲੀਆਂ ਚੱਲ ਚੱਲ ਕੇ। ਬਿਲਕੁਲ 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 ਜਿਹੜੀਆਂ ਆਪਦੀਆਂ ਨਗਰ ਨਿਗਮ ਕੌਂਸਲ ਦੀ ਨਗਰ ਨਿਗਮ ਜਦ ਤਾਈਂ ਲੋਕ ਇਹਨਾਂ ਦੀ ਚਾਪਲੂ ਹੁਣ ਇੱਥੇ ਕੋਈ ਚਾਪਲੂਸੀ ਕਰਦਾ ਤੁਰਿਆ ਫਿਰਦਾ ਫਿਰ ਆਪਾਂ ਉਹਦੇ ਕੋਲ ਦੀ ਲੰਘ ਜਾਂਦੇ ਹਾਂ। ਬਿਲਕੁਲ ਬਿਲਕੁਲ ਉੱਥੇ ਜਾਂਦੇ ਇਹਨਾਂ ਦੀ ਚਾਹ ਪਲੂਸੀ ਲੋਕ ਨਹੀਂ ਕਰਨ ਹਟਦੇ। ਸੁਖਵੀਰ ਦੇ ਬਾਦਲ ਦੇ ਬੁੜੇ ਤਿਆਰੀਆਂ ਹੱਥ ਲਾਈ ਜਾਂਦੇ ਆ। ਕੀ ਲੈਣਾ ਤੁਸੀਂ ਇਹਦੇ ਕੋਲ? ਇਹਨੂੰ ਕਹੋ ਸਾਡੇ ਕੰਮ ਬਈ ਤੂੰ ਕੀ ਕੀਤਾ ਤੁਸੀਂ 20 ਸਾਲ ਤੇਰਾ ਬਾਪੂ ਜੀ ਰਹੇ ਮੁੱਖ ਮੰਤਰੀ, ਸਾਡੇ ਲਈ ਕੀ ਕੀਤਾ ਤੁਸੀਂ? ਬਿਲਕੁਲ ਬਿਲਕੁਲ 20 ਸਾਲ ਕੇ 25 ਸਾਲ ਮੇਰੇ ਖਿਆਲ ਬੈਠ ਕੇ ਦੱਸ ਸਾਨੂੰ। ਹਾਂਜੀ 25 ਸਾਲ ਰਹੇ ਨੇ। ਹਾਂਜੀ ਉਹ ਜਦ ਤਾਈਂ ਇਹ ਸਵਾਲ ਲੋਕ ਨਹੀਂ ਪੁੱਛਦੇ ਉਦੋਂ ਤਾਈਂ ਕੁਛ ਨਹੀਂ ਹੋਣਾ, ਇਹ ਨਹੀਂ ਇੱਦਾਂ ਹੀ ਬਣੀ ਜਾਣਾ। ਇਹਨਾਂ ਦੇ ਬੜੇ ਬੁੜੇ ਨੇ ਬਲੇਵੇਂ ਪਾਏ ਹੋ ਆ, ਉਹ ਜਾਂ ਨਹੀਂ ਕਾਂਗਰਸ ਨੇ ਬਣ ਜਾਣਾ ਜਾਂ ਅਕਾਲੀਆਂ ਨੇ ਬਣ ਜਾਣਾ, ਆਪ ਦਾ ਤਾਂ ਵਰਕਾ ਪਾ। ਨਹੀਂ ਹੁਣ ਕਲੀਅਰ ਹੈ ਨਾ ਜੀ, ਪਿਛਲੀ ਵਾਰ ਕਲੀਅਰ ਆ ਜੇ, ਪਿਛਲੀ ਵਾਰ ਬੀਜੇਪੀ ਅਤੇ ਅਕਾਲੀ ਪੂਰੇ ਟੋਟਲ, ਨਰੇਸ਼ ਗੁਜਰਾਲ ਨੇ ਇਹ ਗੱਲ ਕਹਿਤੀ ਹੈ ਅਤੇ ਟੋਟਲ ਵੋਟਾਂ ਜਿਹੜੀਆਂ ਮੋਦੀ ਜੀ ਦੇ ਕਹਿਣ 'ਤੇ ਕਾਂਗਰਸ ਨੂੰ ਭੁਗਤੀਆਂ, ਅਤੇ ਐਤਕੀ ਕਾਂਗਰਸ ਵਾਲੇ ਹੋ ਸਕਦਾ ਅਕਾਲੀਆਂ ਨੂੰ ਭੁਗਤਾ ਦੇਣ। ਹੁਣ ਤੁਸੀਂ ਦੇਖੋ ਕਦੇ ਵੀ ਬੀਜੇਪੀ ਦਾ ਅਕਾਲੀ ਦਲ ਦਾ ਤੋ ਪਿਛੋੜਾ ਨਹੀਂ ਹੋਇਆ ਕਦੇ ਵੀ। ਜੱਗੀ ਮੈਂ ਲੋਹੇ ਤੇ ਲਕੀਰ ਕਹਿਣਾ ਜਿਹਨਾਂ ਦਾ ਤੋੜਾ ਪਿਛੋੜਾ ਹੋਇਆ ਆਪ ਅੰਦਰੋਂ। ਅੱਛਾ ਬਿਲਕੁਲ ਨਹੀਂ ਹੋਇਆ, ਬਿਲਕੁਲ ਨਹੀਂ ਹੋਇਆ। ਇਹ ਨਹੀਂ ਬਣ ਕੇ ਮਗਰੋਂ ਇਕੱਠੇ ਹੋ ਕੇ ਸਰਕਾਰ ਬਣਾਉਣੀ, ਜੇ 5-4 MLA ਉਹਨਾਂ ਦੇ ਚਾਹੀਦੇ ਉਹ ਦੇਊਗੇ, ਉਹਨਾਂ ਦੇ ਉਹ ਦੇਊਗੇ। ਡਿਪਟੀ ਸੀ ਐਮ ਹਿੰਦੂ ਚਿਹਰਾ ਹੋਏਗਾ ਤੇ ਹਿੰਦੂ ਚਿਹਰਾ ਤੇ ਫਿਰ ਇਹ ਹੈਗੇ ਨੇ ਬੀਜੇਪੀ ਵਾਲੇ ਨੇ। ਉਹ ਮੈਂ ਦਿੰਦਾ ਹੁੰਦਾ ਵੀ ਇਹ ਬਣੂਗਾ ਮੁੱਖ ਮੰਤਰੀ, ਬੀਜੇਪੀ ਦਾ ਬਣੂਗਾ ਹਿੰਦੂ ਚਿਹਰਾ ਤੇ ਬਸਪਾ ਦਾ ਬਣੂਗਾ ਦੂਆ ਚਿਹਰਾ। ਤਿੰਨੇ ਇੱਦਾਂ ਬਣਾਉਣ ਨੂੰ ਹੀ ਨਹੀਂ ਬਣਾਉਣੇ, ਇਕੱਠੇ ਸਾਰੇ ਇਕੱਠੇ ਹੀ ਆ ਇਹ। ਜੇ ਕਾਂਗਰਸ ਵਾਲਿਆਂ ਚੋਂ ਵੀ ਲੋੜ ਪਈ ਉਹਨੇ ਵੀ ਇਹਨਾਂ ਨੂੰ ਸਹਾਇਤਾ ਦੇ ਦੇਣੀ ਹੈ, ਜੇ ਸਰਕਾਰ ਇੱਧਰ ਉੱਧਰ ਜਾਂਦੀ ਹੁੰਦੀ ਸੀ ਨਾ 5-9 MLA ਲਈ ਤੇ ਇਕੱਠੇ ਹੀ ਆ। ਕਹਿੰਦਾ ਅੱਗੋਂ ਹੀ ਮੈਦਾਨ ਭਖ ਪਿਆ ਬਾਈ ਵਾਲਾ, ਹਾਲਤ ਹਾਲੇ ਕੈਸੇ ਕੈਸੇ ਆਉਣਗੇ ਜੀ। ਅੱਗੋਂ ਹੀ ਮੈਦਾਨ ਭਖ ਪਿਆ ਬਾਈ ਵਾਲਾ, ਪਤਾ ਨਹੀਂ ਹਾਲਤ ਹਾਲੇ ਕੈਸੇ ਕੈਸੇ ਆਉਣਗੇ। ਛਾਤਰ ਦਿਮਾਗ ਵਾਲੇ ਮੀਸਣੇ ਬੇਰਹਿਮ ਨੇਤਾ, ਛਾਤਰ ਦਿਮਾਗ ਵਾਲੇ ਮੀਸਣੇ ਬੇਰਹਿਮ ਨੇਤਾ, ਰੱਬ ਜਾਣੇ ਕਿਹਨੂੰ ਕਿਹਦੇ ਨਾਲ ਉਹ ਲੜਾਉਣਗੇ। ਕਾਗਜ਼ੀ ਵਿਕਾਸ ਰਾਗਣੀ ਨੂੰ ਗਾਉਣ ਵਾਲੇ, ਲਾਰੇ ਗੱਪਾਂ ਵਾਲੇ ਮੈਨੀਫੈਸਟੋ ਬਣਾਉਣਗੇ। ਪਾਣੀਆਂ ਦਾ ਰਾਖਾ ਹੋਣ ਨਾਤੇ ਕੋਈ ਵੋਟਾਂ ਮੰਗੂ, ਦਿੱਲੀ ਵਾਲੀ ਫਤਿਹ ਕੋਈ ਇੱਥੋਂ ਹੀ ਚੁਰਾਉਣਗੇ। ਜ਼ੁਲਮੋ ਸਿੱਤ ਪ੍ਰਸੈਸ ਹੈ ਗੁੱਸੇ 'ਚ ਪੰਜਾਬ ਵਾਸੀ, ਇਹ ਤਾਂ ਗੱਲ ਪੱਕੀ ਹੈ ਕਿ ਤੱਕੜੀ ਭਜਾਉਣਗੇ। ਹੋਵੇਗੀ ਪ੍ਰੀਖਿਆ ਪੰਜਾਬੀਆਂ ਦੀ ਬੜੀ ਔਖੀ, ਝਾੜੂ ਪੰਜੇ ਵਿੱਚੋਂ ਤੱਕੜੀ ਚੋਂ ਕਿਹਨੂੰ ਅਪਣਾਉਣਗੇ, ਝਾੜੂ ਪੰਜੇ ਤੱਕੜੀ ਚੋਂ ਕਿਹਨੂੰ ਅਪਣਾਉਣਗੇ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ, ਬਹੁਤ ਧੰਨਵਾਦ ਜੀ ਤੁਹਾਡਾ। ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ, ਪਰ ਲੇਟੈਸਟ ਖਬਰ ਜਿਹੜੀ ਇਹ ਆਈ ਆ ਕਿ ਨਵਜੋਤ ਸਿੱਧੂ ਦਾ ਹਜੇ ਫਿਰ ਰੇੜਕਾ ਵਿੱਚ ਪੈ ਗਿਆ। ਹੋ ਸਕਦਾ ਕੈਪਟਨ ਸਾਹਿਬ ਨੇ ਕੋਈ ਨਾ ਕੋਈ ਵੱਧ ਘੱਟ ਗੱਲ ਉਨੀ ਕੀ ਕਹਿਤੀ ਜਾਂ ਕੋਈ ਨਾ ਕੋਈ ਸ਼ਰਤ ਰੱਖਤੀ ਹੈ, ਅਤੇ ਹਜੇ ਪੂਰਾ ਹਾਲਾਂਕਿ ਕਾਂਗਰਸ ਦੀ ਜਿਹੜੀ ਵੈਬਸਾਈਟ ਹੈਗੀ ਆ, ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਦੀ ਜਿਹੜਾ ਉਹਨਾਂ ਦਾ ਪੇਜ ਹੈਗਾ ਉਹਦੇ 'ਤੇ ਇਹ ਬਿਲਕੁਲ ਕਲੀਅਰ ਲਿਖਤਾ ਸੀ। ਅਧਿਆਕਸ਼ ਨਵਜੋਤ ਸਿੱਧੂ ਜਿਹੜੇ ਉਪ ਅਧਿਆਕਸ਼ ਜੇ ਉਹ ਲਿਖ ਕੇ ਉਹਨਾਂ ਨੇ ਪਾਇਆ ਹੋਇਆ ਸੀਗਾ ਸਾਰਾ ਅਤੇ। ਪਰ ਚਲੋ ਇਹ ਦੇਖੋ ਕੀ ਬਣਦਾ ਕੀ ਨਹੀਂ ਬਣਦਾ, ਇਹ ਆਉਣ ਵਾਲਾ ਸਮਾਂ ਦੇਖੇਗਾ। ਕੱਲ੍ਹ ਨੂੰ ਫਿਰ ਆਪਾਂ ਗੱਲ ਕਰਾਂਗੇ ਜੇ ਇੱਦਾਂ ਦੀ ਕੋਈ ਗੱਲ ਹੋਈ। ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਊਗਾ। ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com, ਫੇਸਬੁੱਕ, ਟਵਿੱਟਰ ਤੋਂ, ਵਟਸਐਪ ਨੰਬਰ ਨਾਲ ਦਾ ਮੇਰਾ ਸੈੱਲ ਨੰਬਰ 2095533 ਵਟਕ 'ਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।